ਸੋ ਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਪਿੰਨ ਤਿਸਹਿ 부ਝਾਏ ਨਾਨਕਾ ਜਿਸ ਹੋਵੇ ਸੁਪਰਸੰਨ ਮਰਦ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾ ਤੇ ਕੋਈ ਖਾਸ ਰੂਪ ਹੈ ਜਿੱਦਾਂ ਸਾਡੇ ਸਾਰਿਆਂ ਦੇ ਰੂਪ ਨੇ ਸ਼ਕਲਾਂ ਨੇ ਰੇਖਾਂ ਤੇ ਨਾ ਹੀ ਉਹਦੀ ਕੋਈ ਖਾਸ ਰੇਖਾ ਹੈ ਜਿੱਦਾਂ ਅਸੀਂ ਆਪਣੇ ਹੱਥ ਨੂੰ ਵੇਖਦੇ ਹਾਂ ਸਾਡੇ ਪੈਰਾਂ ਦੀਆਂ ਤਲੀਆਂ ਨੇ ਇਹਨਾਂ ਦੇ ਉੱਤੇ ਕੁਝ ਪ੍ਰਿੰਟਸ ਨੇ ਜਿਨ੍ਹਾਂ ਨੂੰ ਫਿੰਗਰਪ੍ਰਿੰਟਸ ਕਿਹਾ ਜਾਂਦਾ ਹੈ ਔਰ ਹੱਥ ਦੀਆਂ ਤਲੀਆਂ ਦੇ ਉੱਤੇ ਵੀ ਇਹ ਨੇ ਮਰਦ ਕਹਿੰਦੇ ਨੇ ਕਿ ਰੱਬ ਦੀਆਂ ਸਾਡੇ ਵਾਂਗੂ ਰੇਖਾਵਾਂ ਵੀ ਨਹੀਂ ਫਿਰ ਜੇਕਰ ਉਹਦਾ ਸਾਡੇ ਵਰਗਾ ਰੂਪ ਵੀ ਨਹੀਂ ਢਾਂਚਾ ਵੀ ਨਹੀਂ ਸਾਡੇ ਵਰਗਾ ਉਹਦਾ ਸਰੀਰ ਵੀ ਨਹੀਂ ਸਾਡੇ ਵਰਗੀਆਂ ਉਹਦੀਆਂ ਰੇਖਾਵਾਂ ਵੀ ਨਹੀਂ ਤੇ ਫਿਰ ਮਰਦ ਕਹਿੰਦੇ ਨੇ ਨਾ ਹੀ ਉਹਦਾ ਕੋਈ ਰੰਗ ਹੈ ਵੀ ਅਸੀਂ ਕਹਿ ਸਕਦੇ ਹਾਂ ਵੀ ਰੱਬ ਕਾਲੇ ਰੰਗ ਦਾ ਹੈ ਰੱਬ ਗੋਰੇ ਰੰਗ ਦਾ ਹੈ ਰੱਬ ਪੀਲੇ ਰੰਗ ਦਾ ਹੈ ਰੱਬ ਨੀਲੇ ਰੰਗ ਦਾ ਹੈ ਹਜ਼ੂਰ ਕਹਿੰਦੇ ਰੂਪ ਨਾ ਰੇਖ ਨਾ ਰੰਗ ਕਿਛ ਇਹੋ ਜਿਹਾ ਕੁਝ ਵੀ ਨਹੀਂ ਹੈ ਉਹਦਾ ਤ੍ਰਿਹ ਗੁਣ ਤੇ ਪ੍ਰਭ ਪਿੰਨ ਅਕਾਲ ਪੁਰਖ ਵਾਹਿਗੁਰੂ ਮਾਇਆ ਦੇ ਤਿੰਨ ਗੁਣਾ ਤੋਂ ਭਿੰਨ ਹੈ ਵਖਰਾ ਹੈ ਬੇਨਤੀ ਕਰਦੇ ਵਾਂ ਸਾਡੇ ਵਿੱਚ ਜਦੋਂ ਇਸ ਗੱਲ ਨੂੰ ਕਿਹਾ ਜਾਂਦਾ ਹੈ ਨਾ ਕਿ ਰੱਬ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ਤੇ ਕਿਉਂ ਨਹੀਂ ਕੀਤੀ ਜਾ ਸਕਦੀ ਮੂਰਤ ਕਿਸੇ ਦੇਵਤੇ ਦੀ ਬਣ ਸਕਦੀ ਹੈ ਮੈਂ ਬੇਨਤੀ ਕਰਦੇ ਵਾਂ ਰੱਬ ਦੀ ਨਹੀਂ ਬਣ ਸਕਦੀ ਸਤਿਗੁਰੂ ਜੀ ਨੇ ਜਪਜੀ ਸਾਹਿਬ ਦੇ ਵਿੱਚ ਸਾਨੂੰ ਸਮਝਾਇਆ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰજન ਸੋਏ ਜਦੋਂ ਅਸੀਂ ਕਿਸੇ ਮੂਰਤੀ ਨੂੰ ਬਣਾਉਂਦੇ ਹਾਂ ਤੇ ਉਹਦੇ ਲਈ ਇਹ ਹੀ ਤਿੰਨ ਚੀਜ਼ਾਂ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਚਾਹੀਦੀਆਂ ਨੇ ਸਾਨੂੰ ਪਤਾ ਹੋਵੇ ਕਿ ਜਿਹੜੀ ਅਸੀਂ ਮੂਰਤੀ ਬਣਾਉਣੀ ਹੈ ਉਹਦਾ ਸਾਈਜ਼ ਕੀ ਹੈ ਉਹਦਾ ਆਕਾਰ ਕੀ ਹੈ ਉਹਦਾ ਰੂਪ ਕਿਹੋ ਜਿਹਾ ਬਣਾਉਣਾ ਹੈ ਸਾਡੇ ਦੇਸ਼ ਦੇ ਵਿੱਚ ਜਾਨਵਰਾਂ ਦੀਆਂ ਮੂਰਤੀਆਂ ਤੋਂ ਲੈ ਕੇ ਬੰਦੇ ਦੀਆਂ ਮੂਰਤਾਂ ਤੱਕ ਦੇ ਕਈ ਜਿਹੜੇ ਬੰਦੇ ਨੇ ਉਹਨਾਂ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਹੈ ਪਰ ਘਟੋ ਘਟ ਜਿੰਨੇ ਮੂਰਤੀ ਬਣਾਉਣੀ ਹੈ ਪਹਿਲਾਂ ਉਹਨੂੰ ਇਸ ਗੱਲ ਦੀ ਸਮਝ ਤੇ ਹੁੰਦੀ ਹੈ ਨਾ ਕਿ ਮੈਂ ਕਿੰਨੇ ਸਾਈਜ਼ ਦੀ ਤੇ ਕਿਸ ਤਰੀਕੇ ਦੀ ਮੂਰਤੀ ਬਣਾਉਣੀ ਹੈ ਉਹਦਾ ਰੂਪ ਬਣਾਉਣਾ ਹੈ ਮੂਰਤੀ ਲਈ ਸਭ ਤੋਂ ਪਹਿਲੀ ਚੀਜ਼ ਹੈ ਰੂਪ ਫਿਰ ਘਟੋ ਘਟ ਉਹ ਮੂਰਤੀ ਦੇ ਨਕਸ਼ ਬਣਾਵੇਂਗਾ ਨਾਇਣ ਨਕਸ਼ ਬਣਾਵੇਂਗਾ ਕਿ ਉਹਨੂੰ ਜਿਹੜੀਆਂ ਰੇਖਾਵਾਂ ਨੇ ਜਾਂ ਕਿੰਨਾ ਤੋਂ ਉਹਦੇ ਨਕਸ਼ ਦੀ ਪਹਿਚਾਣ ਹੁੰਦੀ ਆ ਵੀ ਇਹ ਮੂਰਤੀ ਕਿਦੀ ਹੈ ਇੱਕ ਤੇ ਹੈ ਨਾ ਢਾਂਚਾ ਵੀ ਸਾਡੀ ਬੋਡੀ ਦੀ ਹਾਈਟ ਹੈ ਜਿੰਨੀ ਸਾਰੇ ਜਾਣੇ ਉਸ ਹਿਸਾਬ ਦੇ ਨਾਲ ਵੇਖ ਲੈਣ ਤੇ ਢਾਂਚਾ ਤੇ ਇੱਕ ਪਰ ਲਗਭਗ ਸਾਡਾ ਨਾਰਮਲ ਜਾਂ ਸਾਰਿਆਂ ਦਾ ਆ ਹੀ ਜਾਂਦਾ ਹੈ ਇੱਕ ਦੂਸਰੇ ਦੇ ਨਾਲ ਮੈਚ ਹੀ ਕਰਦਾ ਹੈ ਕੋਈ ਥੋੜਾ ਬਹੁਤਾ ਲੰਮਾ ਤੇ ਕੋਈ ਥੋੜਾ ਬਹੁਤਾ ਛੋਟਾ ਇਹ ਤੇ ਕਾਮਨ ਜਾਂ ਸਾਡੇ ਵਿੱਚ ਸਾਈਜ਼ ਆ ਗਿਆ ਰੂਪ ਇਸ ਪਾਸੇ ਤੋਂ ਆ ਗਿਆ ਰੇਖਾਵਾਂ ਨਕਸ਼ ਜਿਹਦੇ ਕਰਕੇ ਸਾਰੀ ਇੱਕ ਦੂਸਰੇ ਨਾਲੋਂ ਵੱਖ ਲੱਗਦੇ ਹਨ ਜਿੱਦਾਂ ਇੱਕੋ ਹੀ ਹਾਈਟ ਵਾਲੇ 10 ਬੰਦੇ ਇਕੱਠੇ ਕਰ ਦਿੱਤੇ ਜਾਣ ਪਰ ਸ਼ਕਲਾਂ ਇੱਕ ਦੂਸਰੇ ਦੇ ਨਾਲ ਕਿਸੇ ਦੀਆਂ ਨਹੀਂ ਮਿਲਦੀਆਂ ਉਹ ਰੇਖਾਵਾਂ ਦਾ ਫਰਕ ਹੁੰਦਾ ਹੈ ਉਹ ਨਕਸ਼ ਦਾ ਫਰਕ ਹੁੰਦਾ ਹੈ ਮੂਰਤੀ ਲਈ ਫਿਰ ਚਾਹੀਦਾ ਹੈ ਨਕਸ਼ ਤੇ ਫਿਰ ਰੰਗ ਵੀ ਚਾਹੀਦਾ ਹੈ ਕੋਈ ਉਹਨੂੰ ਪੀਲਾ ਰੰਗ ਕਰਦਾ ਪਿਆ ਹੈ ਕੋਈ ਉਹਨੂੰ ਕੋਈ ਰੰਗ ਕਰਦਾ ਪਿਆ ਹੈ ਮੂਰਤੀ ਲਈ ਇਹ ਤਿੰਨੇ ਚੀਜ਼ਾਂ ਜ਼ਰੂਰੀ ਨੇ ਮਹਾਰਦ ਕਹਿੰਦੇ ਰੱਬ ਦੇ ਵਿੱਚ ਇਹ ਤਿੰਨੇ ਹੀ ਗੱਲਾਂ ਨਹੀਂ ਨੇ ਇਸ ਕਰਕੇ ਰੱਬ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ਇਸ ਕਰਕੇ ਇਹ ਬੜੇ ਧਿਆਨ ਦੇ ਨਾਲ ਸਮਝਣ ਵਾਲਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਸ਼ਾ ਹੈ ਉਹ ਵਾਹਿਗੁਰੂ ਜੀ ਦਾ ਨਾਂ ਤੇ ਕੋਈ ਖਾਸ ਰੂਪ ਹੈ ਨਾ ਕੋਈ ਖਾਸ ਰੇਖਾ ਹੈ ਨਾ ਕੋਈ ਖਾਸ ਰੰਗ ਹੈ ਤੇ ਫਿਰ ਮਾਇਆ ਦੇ ਤਿੰਨਾ ਗੁਣਾਂ ਤੋਂ ਪਰੇ ਹੈ ਮਾਇਆ ਦੇ ਤਿੰਨ ਗੁਣ ਹੁੰਦੇ ਨੇ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਅਸੀਂ ਇਹਨਾਂ ਦੇ ਪ੍ਰਭਾਵ ਦੇ ਵਿੱਚ ਜੀਂਦੇ ਹਾਂ ਰਜੋ ਦਾ ਮਤਲਬ ਹੁੰਦਾ ਹੈ ਥੋੜੀ ਜੀ ਰਾਜਸੀ ਕਿਰਤੀ ਅਸੀਂ ਪਹਿਲਾਂ ਵੀ ਇਹਨਾਂ ਦੇ ਅਰਥ ਵਿਚਾਰਦੇ ਹਾਂ ਜਿਦੇ ਵਿੱਚ ਸਾਡੇ ਮਨ ਦੇ ਵਿੱਚ ਇਹ ਖਿਆਲ ਹੁੰਦਾ ਹੈ ਕਿ ਭਾਈ ਕੰਮ ਤੇ ਹੋਣ ਪਰ ਮੈਨੂੰ ਪੁੱਛ ਕੇ ਹੋਣ ਸਮਾਜ ਦੇ ਵਿੱਚ ਚੰਗਾ ਤੇ ਹੋਵੇ ਪਰ ਮੇਰੀ ਮਰਜ਼ੀ ਦੇ ਅਨੁਸਾਰ ਚੰਗਾ ਹੋਵੇ ਮੇਰਾ ਨਾਮ ਜ਼ਰੂਰ ਆਵੇ ਇਹ ਜਿਹੜੇ ਲਗਭਗ ਨਾਵਾਂ ਦੀ ਦੌੜ ਦੇ ਵਿੱਚ ਭੱਜੇ ਫਿਰਦੇ ਨੇ ਨਾ ਇਹ ਰਾਜਸੀ ਕਿਰਤੀ ਵਾਲੇ ਲੋਕ ਹੁੰਦੇ ਨੇ ਤੁਸੀਂ ਵੇਖੋਗੇ ਸਭ ਤੋਂ ਜ਼ਿਆਦਾ ਬੋਰਡ ਕਿੰਨਾ ਲੋਕਾਂ ਦੇ ਲੱਗੇ ਹੁੰਦੇ ਨੇ ਔਰ ਖਾਸ ਕਰਕੇ ਭਾਵੇਂ ਉਹ ਧਾਰਮਿਕ ਓਕੇਸ਼ਨਸ ਦੇ ਉੱਤੇ ਹੀ ਬੋਰਡ ਲੱਗਦੇ ਨੇ ਪਰ ਉਹਨਾਂ ਦੇ ਥੱਲੇ ਫੋਟੋਆਂ ਵੇਖਿਓ ਕਿੰਨਾਂ ਦੀਆਂ ਲੱਗਦੀਆਂ ਨੇ ਜਾਂ ਉਹ ਬੋਰਡ ਕਿੰਨਾਂ ਦੇ ਵੱਲੋਂ ਲੱਗੇ ਹੁੰਦੇ ਨੇ ਉਹ ਹੁੰਦੇ ਨੇ ਰਾਜਸੀ ਕਿਰਤੀ ਵਾਲੇ ਲੋਕ ਧਰਮ ਦੇ ਵਿੱਚ ਵੀ ਹੋ ਸਕਦੇ ਨੇ ਵੀ ਛੋਟਾ ਜਾਂ ਸਮਾਗਮ ਆਇਆ ਨਾਲ ਆਪਣੀਆਂ ਫੋਟੋਆਂ ਵੀ ਚੇਪ ਦਿਓ ਮੈਂ ਇਹ ਨਹੀਂ ਕਹਿੰਦਾ ਸਾਡੀਆਂ ਖੁਦ ਲੱਗੀਆਂ ਹੋਈਆਂ ਪਈਆਂ ਨੇ ਬਾਹਰ ਕਿਉਂਕਿ ਤੁਸੀਂ ਕਹੋਗੇ ਵੀ ਆਪਣੀਆਂ ਤਾਂ ਲੱਗੀਆਂ ਹੋਈਆਂ ਨੇ ਸਾਡੀਆਂ ਤਾਂ ਲੱਗੀਆਂ ਰਹਿੰਦੀਆਂ ਨੇ ਇੱਕ ਬਿਰਤੀ ਹੁੰਦੀ ਹੈ ਵੀ ਮੇਰੀ ਫੋਟੋ ਲੱਗੇ ਹੀ ਲੱਗੇ ਮੇਰੀ ਮੇਰੇ ਤੋਂ ਪੁੱਛਣ ਤੋਂ ਬਿਨਾ ਗੱਲ ਨਾ ਹੋਵੇ ਉਹਨੂੰ ਕਹਿੰਦੇ ਹੈ ਰਾਜਸੀਕ ਬਿਰਤੀ ਫਿਰ ਇੱਕ ਹੁੰਦੀ ਹੈ ਤਾਮਸਿਕ ਬਿਰਤੀ ਪਤਾ ਹੀ ਨਹੀਂ ਕੀ ਕਰਨਾ ਹੈ ਜ਼ਿੰਦਗੀ 'ਚ ਹਨੇਰੇ 'ਚ ਟੱਕਰਾਂ ਮਾਰ ਕੇ ਮੁੜ ਗਏ ਦੁਨੀਆ ਦੇ ਵਿੱਚ ਖਾ ਪੀ ਕੇ ਤੇ ਸੌ ਕੇ ਮੁੜ ਗਏ ਏਦੋਂ ਤੋਂ ਬਾਅਦ ਕੁਝ ਨਹੀਂ ਕੀਤਾ ਭਾਵੇਂ ਪੜੇ ਲਿਖੇ ਤੇ ਭਾਵੇਂ ਅਨਪੜ ਉਹ ਹੁੰਦੀ ਹੈ ਤਾਮਸਿਕ ਬਿਰਤੀ ਫਿਰ ਇੱਕ ਹੁੰਦੀ ਹੈ ਸਤਵਿਕ ਬਿਰਤੀ ਜਿਹੜੇ ਲੋਕ ਧਾਰਮਿਕ ਵੀ ਹੋ ਜਾਂਦੇ ਨੇ ਬੜਿਆਂ ਲੋਕਾਂ ਦੇ ਨਾਲੋਂ ਚੰਗੇ ਹੁੰਦੇ ਨੇ ਪਰ ਉਹ ਚੰਗਾ ਅਖਵਾਉਣ ਦੇ ਚੱਕਰ ਦੇ ਵਿੱਚ ਚੰਗੇ ਹੋਏ ਹੁੰਦੇ ਨੇ ਇਸ ਕਰਕੇ ਨਹੀਂ ਚੰਗੇ ਹੋਏ ਹੁੰਦੇ ਕਿ ਸਹਿਜ ਸੁਭਾਅ ਚੰਗੇ ਹੋ ਜਾਣਾ ਵੀ ਮੈਂ ਬਾਇ ਨੇਚਰ ਚੰਗਾ ਉਹ ਇਸ ਕਰਕੇ ਚੰਗੇ ਨੇ ਕਿ ਜੇ ਮੈਂ ਬੁਰਾ ਹੋ ਗਿਆ ਤਾਂ ਲੋਕੀ ਮੈਨੂੰ ਕੀ ਕਹਿਣਗੇ ਕਿ ਪਹਿਲਾਂ ਤਾਂ ਇੰਨਾ ਚੰਗਾ ਸੀ ਉਹਨਾਂ ਨੂੰ ਲੋਕਾਂ ਨੇ ਚੰਗਾ ਕੀਤਾ ਹੋਇਆ ਹੈ ਵੈਸੇ ਭਾਵੇਂ ਨਾ ਚੰਗੇ ਹੋਣ ਉਹਨੂੰ ਕਿਹਾ ਜਾਂਦਾ ਹੈ ਸਤਵਿਕ ਜੀਵਨਤੀ ਹੈ ਪਰ ਮਾਲਕ ਕੀ ਹੈ ਇਨਾ ਤਿੰਨਾ ਹੀ ਪਦਾਂ ਤੋਂ ਉੱਤੇ ਹੈ ਇਹ ਮਾਇਆ ਦੇ ਤਿੰਨ ਪ੍ਰਭਾਵ ਨੇ ਬੰਦੇ ਦੇ ਉੱਤੇ ਤਿੰਨਾ ਚੋਂ ਇੱਕ ਦਾ ਹਾਵੀ ਹੋਇਆ ਜਾਂਦਾ ਹੈ ਮਹਾਰਜ ਜੀ ਨੇ ਚੌਥੀ ਪੌੜੀ ਦੀ ਗੱਲ ਕੀਤੀ ਹੈ ਗੁਰਮੁਖ ਅਵਸਥਾ ਦੀ ਗੱਲ ਕੀਤੀ ਹੈ ਅਸੀਂ ਕਿਤੇ ਸਮਾ ਬਣੇ ਤੇ ਉਹਨਾਂ ਵਿਚਾਰਾਂਗੇ ਮਾਇਆ ਦੇ ਇਨਾ ਤਿੰਨਾ ਗੁਣਾਂ ਤੋਂ ਭਿੰਨ ਹੈ ਰੱਬ ਉਹਦੇ ਰਜੋ ਗੁਣ ਤੋਂ ਵੀ ਉੱਤੇ ਹੈ ਤਮੋ ਤੋਂ ਵੀ ਉੱਤੇ ਹੈ ਤੇ ਸਤੋ ਤੋਂ ਵੀ ਉੱਤੇ ਹੈ ਪਰ ਮਹਾਰਜ ਕੀ ਕਹਿੰਦੇ ਨੇ ਤਿਸ ਹੈ 부ਝਾਏ ਨਾਨਕਾ 부ਝਾਉਣ ਦਾ ਮਤਲਬ ਹੁੰਦਾ ਹੈ ਜਿੱਦਾਂ ਆਪਾਂ ਬੁਝਾਰਤ ਬੁੱਝਦੇ ਹਾਂ ਕਿਸੇ ਗੱਲ ਨੂੰ ਸਮਝ ਲੈਣਾ ਸਤਿਗੁਰੂ ਕਹਿੰਦੇ ਨੇ ਐ ਨਾਨਕ ਉਹਨੂੰ ਆਪਣੇ ਬਾਰੇ ਸਮਝ ਦਿੰਦਾ ਹੈ ਉਹਨੂੰ ਆਪਣੇ ਬਾਰੇ 부ਝਾਉਂਦਾ ਹੈ ਕਿਨੂੰ ਜਿਸ ਹੋਵੇ ਸੁਪ੍ਰਸੰਨ ਜਿਸ ਦੇ ਉੱਤੇ ਉਹ ਖੁਸ਼ ਹੋ ਜਾਂਦਾ ਹੈ ਪ੍ਰਸੰਨ ਹੋ ਜਾਂਦਾ ਹੈ ਫਿਰ ਇਹਨੂੰ ਵਿਚਾਰ ਲਈਏ ਰੂਪ ਤੋਂ ਰੇਖਾਵਾਂ ਤੋਂ ਰੰਗਾਂ ਤੋਂ ਮਾਇਆ ਦੇ ਤਿੰਨਾ ਗੁਣਾਂ ਤੋਂ ਰੱਬ ਵੱਖਰਾ ਹੈ ਪਰ ਆਪਣੇ ਬਾਰੇ ਸਮਝ ਕੇਵਲ ਤੇ ਕੇਵਲ ਉਹਨੂੰ ਦਿੰਦਾ ਹੈ ਜਿਹਦੇ ਉੱਤੇ ਉਹ ਖੁਸ਼ ਹੋ ਜਾਂਦਾ ਹੈ ਪ੍ਰਸੰਨ ਹੋ ਜਾਂਦਾ ਹੈ ਅਸ਼ਟਪਦੀ ਅਬినాਸੀ ਪ੍ਰਭ ਮਨ ਮਹਰਾਖ ਜਿਹਦੀਆਂ ਰੇਖਾਵਾਂ ਹੋਣਗੀਆਂ ਉਹ ਖਤਮ ਵੀ ਹੋਵੇਗਾ ਸਾਡੀਆਂ ਰੇਖਾਵਾਂ ਨੇ ਨਾ ਸਾਡੇ ਉਤੇ ਟਾਈਮ ਦਾ ਪ੍ਰਭਾਵ ਹੈ ਸਾਡਾ ਸਰੀਰ ਹੈ ਸਰੀਰ ਉੱਤੇ ਟਾਈਮ ਦਾ ਪ੍ਰਭਾਵ ਹੈ ਟਾਈਮ ਦੇ ਨਾਲ ਵੇਖੋ ਬਦਲਦਾ ਜਾਂਦਾ ਨਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਕੋਈ ਨਹੀਂ ਰੋਕ ਸਕਦਾ ਇਹਨੂੰ ਟਾਈਮ ਦਾ ਪ੍ਰਭਾਵ ਹੀ ਇਦਾਂ ਦਾ ਹੈ ਹੁਣ ਮਾਲਕ ਨੂੰ ਅਬినాਸੀ ਇਸ ਕਰਕੇ ਕਿਹਾ ਜਾਂਦਾ ਹੈ ਕਿ ਉਹਦੇ ਉੱਤੇ ਟਾਈਮ ਦਾ ਪ੍ਰਭਾਵ ਹੀ ਨਹੀਂ ਹੈ ਟਾਈਮ ਉਹਦੇ ਕਰਕੇ ਹੈ ਉਹ ਟਾਈਮ ਕਰਕੇ ਨਹੀਂ ਹੈ ਅਸੀਂ ਟਾਈਮ ਕਰਕੇ ਹਾਂ ਅਬినాਸੀ ਪ੍ਰਭ ਮਨਮਹਿ ਰਾਖ ਉਹ ਵਾਹਿਗੁਰੂ ਜਿਹੜਾ ਨਾਸ਼ ਤੋਂ ਰਹਿਤ ਹੈ ਉਹਨੂੰ ਮਨ ਦੇ ਵਿੱਚ ਵਸਾ ਕੇ ਰੱਖ ਨਾਲ ਕੀ ਹੈ ਮਾਨੁਖ ਕੀ ਤੂੰ ਪ੍ਰੀਤ ਤਿਆਗ ਬੰਦਿਆਂ ਦੇ ਉੱਤੇ ਭਰੋਸਾ ਕਰਨਾ ਛੱਡ ਦੇ ਇਹਦਾ ਮਤਲਬ ਇਹ ਨਹੀਂ ਭਈ ਯਕੀਨ ਨਹੀਂ ਕਰਨਾ ਆਮ ਕਾਰੋਬਾਰ ਦੇ ਵਿੱਚ ਸੀ ਯਕੀਨ ਨਹੀਂ ਕਰਾਂਗੇ ਤੇ ਸਾਡਾ ਕਾਰੋਬਾਰ ਕਿਦਾਂ ਚੱਲੇਗਾ ਇਹਦਾ ਭਾਵ ਇਹ ਹੈ ਕਿ ਬੰਦੇ ਨੂੰ ਰੱਬ ਦੀ ਥਾਂ ਦੇ ਉੱਤੇ ਨਾ ਰੱਖ ਤੂੰ ਇਹ ਨਾ ਸੋਚ ਕਿ ਜੋ ਕੁਝ ਮਾਲਕ ਕਰ ਸਕਦਾ ਹੈ ਬੰਦਾ ਵੀ ਕਰ ਸਕਦਾ ਹੈ ਜੇ ਤੈਨੂੰ ਇਹੋ ਜੀ ਪ੍ਰੀਤ ਬੰਦੇ ਦੇ ਨਾਲ ਪੈ ਗਈ ਹੈ ਤੇ ਮਰਦ ਕਹਿੰਦੇ ਨੇ ਭਾਈ ਉਸ ਨੂੰ ਛੱਡ ਦੇ ਤੈਨੂੰ ਇਹ ਸਮਝ ਹੋਣੀ ਚਾਹੀਦੀ ਹੈ ਆਪਾਂ ਕਈ ਵਾਰ ਪੜਦੇ ਹਾਂ ਸਾਡੇ ਪਰਿਵਾਰ ਮੁਬਾਰਕ ਨੇ ਸਾਡੇ ਦੁੱਖ ਸੁੱਖ ਦੇ ਵਿੱਚ ਸਾਡੇ ਨਾਲ ਖੜਦੇ ਨੇ ਪਰ ਅਸਲ ਦੇ ਵਿੱਚ ਇੰਨੇ ਪਰਿਵਾਰਾਂ ਦੇ ਹੋਣ ਦੇ ਬਾਵਜੂਦ ਵੀ ਅਸੀਂ ਇਕੱਲੇ ਹੀ ਹੁੰਦੇ ਹਾਂ ਇਹ ਮੈਂ ਕਈ ਵਾਰ ਬੇਨਤੀ ਕਰਦਾ ਹਾਂ ਮਹਾਰਜ ਸਾਨੂੰ ਰੋਜ਼ ਸਮਝਾਉਂਦੇ ਨੇ ਜਨਨ ਪਿਤਾ ਲੋਕ ਸੁਤ ਬਨਿਤਾ ਕੋਏ ਨਾ ਕਿਸ ਕੀ ਤਰਿਆ ਠੀਕ ਹੈ ਸਾਰੇ ਮੇਰੇ ਨਾਲ ਨੇ ਮੇਰਾ ਪਤਾ ਵੀ ਵਾਰ-ਵਾਰ ਪੁੱਛੀ ਜਾਣਗੇ ਪਰ ਜੋ ਤਕਲੀਫ ਜਾਂ ਜੋ ਖੁਸ਼ੀ ਕਿਸੇ ਚੀਜ਼ ਦੀ ਮੈਨੂੰ ਹੈ ਉਹ ਸਿਰਫ ਮੈਨੂੰ ਹੀ ਹੋਵੇਗੀ ਮੇਰੇ ਨਾਲ ਰਹਿਣ ਵਾਲੇ ਵੀ ਬਹੁਤੇ ਕਿਸੇ ਨੂੰ ਵੀ ਨਹੀਂ ਹੋਵੇਗੀ ਇਸ ਸਾਡੇ ਸਾਰਿਆਂ ਦੇ ਨਾਲ ਹੁੰਦਾ ਹੈ ਇਸ ਕਰਕੇ ਮਾਰਦ ਕਹਿੰਦੇ ਪੀ ਬੰਦੇ ਨੂੰ ਰੱਬ ਦੀ ਥਾਂ ਤੇ ਨਾ ਰੱਖ ਬੰਦੇ ਦੀ ਪ੍ਰੀਤ ਛੱਡ ਦੇ ਤਿਸਤੇ ਪਰੈ ਨਾਹੀ ਕਿਛ ਕੋਏ ਰੱਬ ਤੋਂ ਪਰੇ ਭਵ ਕੇ ਉਹਦੇ ਤੋਂ ਅੱਗੇ ਹੋਰ ਕੋਈ ਇਹੋ ਜਿਹਾ ਕੰਮ ਕਰਨ ਵਾਲਾ ਇੰਨੀ ਤਾਕਤ ਵਾਲਾ ਕੋਈ ਵੀ ਨਹੀਂ ਹੈ ਸਰਬ ਨਿਰੰਤਰ ਇਕੋ ਸੋਏ ਸਾਰਿਆਂ ਦੇ ਵਿੱਚ ਫਿਰ ਨਿਰੰਤਰ ਹੈ ਨਿਰੰਤਰ ਦਾ ਮਤਲਬ ਹੈ ਲਗਾਤਾਰ ਇੱਕ ਹੁੰਦਾ ਹੈ ਨਾ ਜਿੱਦਾਂ ਆਪਾਂ ਪੁਰਾਣੇ ਕਲੌਕ ਵੇਖਦੇ ਹੁੰਦੇ ਸੀ ਹੁਣ ਵੀ ਸਾਡੇ ਘਰਾਂ ਦੇ ਵਿੱਚ ਹੋਣਗੇ ਜਿਨ੍ਹਾਂ ਦੇ ਵਿੱਚ ਜਿਹੜੀ ਸੈਕਿੰਡ ਵਾਲੀ ਸੂਈ ਆ ਉਹ ਟਿਕ ਟਿਕ ਕਰਕੇ ਚੱਲਦੀ ਆ ਪਰ ਕੁਝ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਉਹ ਲਗਾਤਾਰ ਘੁੰਮਦੀ ਰਹਿੰਦੀ ਹੈ ਰੁਕਦੀ ਨਹੀਂ ਹੈ ਮਰਦ ਕਹਿੰਦੇ ਇਦਾਂ ਨਿਰੰਤਰ ਹੈ ਮਾਲਕ ਭਾਵ ਕਿ ਇਹ ਨਹੀਂ ਵੀ ਕਿਸੇ ਥਾਂ ਦੇਤੇ ਅੱਧਾ ਹੈ ਤੇ ਕਿਸੇ ਦੇ ਵਿੱਚ ਜ਼ਿਆਦਾ ਹੈ ਤੇ ਕਿਤੇ ਘਟਵੱਧ ਹੈ ਨਹੀਂ ਸਰਬ ਨਿਰੰਤਰ ਇੱਕੋ ਸੋਏ ਸਾਰਿਆਂ ਦੇ ਵਿੱਚ ਇੱਕ ਹੈ ਪਰ ਹੈ ਨਿਰੰਤਰ ਹੈ ਲਗਾਤਾਰ ਹੈ ਆਪੇ ਬੀਨਾ ਆਪੇ ਦਾਨਾ ਇੱਕ ਲਫ਼ਜ਼ ਆਪ ਜੀ ਨੇ ਸੁਣਿਆ ਹੋਵੇਗਾ ਦੂਰਬੀਨ ਉਦਾ ਮਤਲਬ ਇਹੀ ਹੁੰਦਾ ਵੀ ਦੂਰ ਦੀਆਂ ਚੀਜ਼ਾਂ ਵੇਖਣੀਆਂ ਜਿਹਦੇ ਨਾਲ ਬੀਨ ਦਾ ਮਤਲਬ ਵੀ ਵੇਖਣਾ ਹੁੰਦਾ ਹੈ ਬੀਨਾ ਵੇਖਣ ਵਾਲਾ ਆਪੇ ਬੀਨਾ ਆਪ ਹੀ ਜੀਵਾਂ ਨੂੰ ਵੇਖਣ ਵਾਲਾ ਹੈ ਸਾਰਿਆਂ ਦਾ ਧਿਆਨ ਰੱਖਣ ਵਾਲਾ ਹੈ ਆਪੇ ਦਾਨਾ ਦਾਨਾ ਦਾ ਮਤਲਬ ਹੁੰਦਾ ਸਿਆਣਾ ਇਹ ਸ਼ਬਦ ਸ਼ਾਇਦ ਇੱਥੇ ਨਾਮ ਵਰਤਿਆ ਜਾਂਦਾ ਹੋਵੇ ਪਰ ਇਹ ਸ਼ਬਦ ਕਿਸੇ ਨੂੰ ਕਹਿਣਾ ਹੋਵੇ ਨਾ ਵੀ ਤੂੰ ਬੜਾ ਦਾਨਾ ਹੈ ਤੇ ਉਦੋਂ ਇਹ ਸ਼ਬਦ ਵਰਤਿਆ ਜਾਂਦਾ ਹੈ ਦਾਨਾ ਦਾ ਮਤਲਬ ਹੁੰਦਾ ਸਿਆਣਾ ਮਾਲਕ ਆਪ ਹੀ ਸਾਰਾ ਕੁਝ ਵੇਖਣ ਵਾਲਾ ਹੈ ਤੇ ਆਪ ਹੀ ਸਭ ਤੋਂ ਵੱਧ ਸਮਝਦਾਰ ਹੈ ਜੇ ਰੱਬ ਸਮਝਦਾਰ ਨਾ ਹੋਵੇ ਤੂੰ ਲੋਕਾਂ ਨੂੰ ਸਮਝ ਕਿਦਾਂ ਆਵੇ ਗਹਿਰ ਗੰਭੀਰ ਗਹਿੀਰ ਸੁਜਾਨਾ ਫਿਰ ਗਹਿਰਾ ਹੈ ਭਵ ਕੇ ਜਿਹਦੇ ਬਾਰੇ ਆਮ ਇੰਨੀ ਜਲਦੀ ਸਮਝ ਨਹੀਂ ਲੱਗ ਸਕਦੀ ਕੁਝ ਗੱਲਾਂ ਹੁੰਦੀਆਂ ਨੇ ਇੱਕ ਵਾਰ ਸੁਣੀਆਂ ਸਮਝ ਲੱਗ ਗਈਆਂ ਕੁਝ ਗੱਲਾਂ ਹੁੰਦੀਆਂ ਨੇ ਵਾਰ-ਵਾਰ ਸੁਣਨਾ ਪਵੇ ਤੇ ਫਿਰ ਸਮਝ ਲੱਗਦੀਆਂ ਨੇ ਮਾਰਜ ਕਹਿੰਦੇ ਰੱਬ ਇਦਾਂ ਦਾ ਗਹਿਰਾ ਹੈ ਗੰਭੀਰ ਫਿਰ ਬੜਾ ਗੰਭੀਰ ਜੇ ਸੁਭਾਅ ਵਾਲਾ ਹੈ ਮਤਲਬ ਏ ਨਹੀਂ ਵੀ ਐਵੇਂ ਧੋੜ ਭੱਜ ਲੱਗੀ ਪਈ ਹੈ ਜਿਹੜਾ ਗੰਭੀਰ ਹੋਵੇਗਾ ਨਾ ਆਰਾਮ ਦੇ ਨਾਲ ਸਕੂਨ ਜੇ ਦੇ ਨਾਲ ਕੰਮ ਕਰੀ ਜਾਂਦਾ ਹੈ ਮਾਲਕ ਇਦਾਂ ਦਾ ਹੈ ਗਹਿਿਰ ਦਾ ਅਰਥ ਵੀ ਗਹਿਰਾ ਹੈ ਸੁਜਾਨਾ ਸੁਜਾਨ ਦਾ ਮਤਲਬ ਹੁੰਦਾ ਹੈ ਸਿਆਣਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਇਹ ਸੰਬੋਧਨ ਹੈ ਐ ਪਾਰ ਬ੍ਰਹਮ ਐ ਪਰਮੇਸ਼ਰ ਗੋਬਿੰਦ ਧਰਤੀ ਨੂੰ ਪਾਲਣ ਵਾਲੇ ਵਾਹਿਗੁਰੂ ਕਿਰਪਾ ਨਿਧਾਨ ਐ ਕਿਰਪਾ ਦੇ ਖਜ਼ਾਨੇ ਦਿਆਲ ਐ ਦਿਆਲੂ ਪ੍ਰਭੂ ਬਖਸ਼ੰਦ ਐ ਬਖਸ਼ਿਸ਼ਾਂ ਕਰਨ ਵਾਲੇ ਵਾਹਿਗੁਰੂ ਸਾਧ ਤੇਰੇ ਕੀ ਚਰਨੀ ਪਾਉ ਸੱਚੇ ਪਾਤਸ਼ਾਹ ਇਹ ਸਾਰੇ ਉੱਪਰ ਉਹਦੇ ਸੰਬੋਧਨ ਨੇ ਮੈਂ ਤੇਰੇ ਸਾਧਾਂ ਦੇ ਚਰਨਾਂ ਦੇ ਨਾਲ ਜੁੜਿਆ ਰਹਾ ਬੰਦੇ ਨੇ ਆਮ ਵਿਦਿਆ ਸਿੱਖਣੀ ਹੋਵੇ ਤਾਂ ਕਿਸੇ ਟੀਚਰ ਦੇ ਕੋਲ ਸਿੱਖਣ ਜਾਂਦਾ ਨਾ ਮਰਦ ਕਹਿੰਦੇ ਨੇ ਮੈਂ ਤੇਰੀ ਪੜਾਈ ਸਿੱਖਣੀ ਚਾਹੁੰਦਾ ਹਾਂ ਤੇ ਉਹ ਕਿੱਥੋਂ ਸਿੱਖਾਂਗਾ ਤੇਰੇ ਸਾਧੂਆਂ ਦੇ ਕੋਲ ਸਾਧ ਤੇਰੇ ਕੀ ਚਰਣੀ ਪਾऊं ਮੈਂ ਤੇਰੇ ਸਾਧੂਆਂ ਦੇ ਚਰਨਾਂ ਦੇ ਵਿੱਚ ਪਿਆਰ ਰਵਾਂ ਉਹਨਾਂ ਦੇ ਚਰਨਾਂ ਦੇ ਨਾਲ ਜੁੜਿਆ ਰਵਾਂ ਨਾਨਕ ਕੈ ਮਨ ਇਹ ਅਨਰਾਉ ਸਤਿਗੁਰੂ ਕਹਿੰਦੇ ਨੇ ਦਾਸ ਨਾਨਕ ਦੇ ਮਨ ਦੇ ਵਿੱਚ ਇਹ ਅਨੁਰਾਗ ਹੈ ਮਤਲਬ ਇਹ ਪਿਆਰ ਹੈ ਇਹ ਇੱਛਾ ਹੈ ਵੀ ਮੈਂ ਤੇਰੇ ਸਾਧੂ ਦੇ ਚਰਨਾਂ ਦੇ ਨਾਲ ਜੁੜ ਸਕਾਂ ਫਿਰ ਸਤਿਗੁਰੂ ਕਹਿੰਦੇ ਨੇ ਮਨਸਾ ਪੂਰਣ ਸ਼ਰਣਾ ਜੋਗ ਉਹ ਵਾਹਿਗੁਰੂ ਜਿਹੜਾ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ ਤੇ ਸ਼ਰਣ ਦੇ ਵਿੱਚ ਰੱਖਣ ਵਾਲਾ ਹੈ ਸ਼ਰਣ ਦੇ ਵਿੱਚ ਰੱਖਣ ਦੇ ਕਾਬਿਲ ਹੈ ਜੋ ਕਰ ਪਾਇਆ ਸੋਈ ਹੋਗ ਜੋ ਉਹਨੇ ਜੀਵਾਂ ਦੇ ਹੱਥ ਦੇ ਉੱਤੇ ਰੱਖ ਦਿੱਤਾ ਹੈ ਭਵਕੇ ਉਹਨਾਂ ਦੇ ਕਰਮਾਂ ਦੇ ਵਿੱਚ ਪਾ ਦਿੱਤਾ ਹੈ ਸੋਈ ਹੋਗ ਉਹ ਹੋਵੇਗਾ ਹੀ ਹੋਵੇਗਾ ਇਹਦੇ ਵਿੱਚੋਂ ਦੋ ਖਿਆਲ ਨਿਕਲਦੇ ਨੇ ਇੱਕ ਤੇ ਫਿਰ ਸੌਖੇ ਦੇ ਅਰਥ ਇਹ ਕੱਢ ਲੈਂਦੇ ਨੇ ਨਾ ਕਿ ਰੱਬ ਨੇ ਪਾਇਆ ਹੈ ਇਸ ਕਰਕੇ ਸੀ ਗਲਤ ਕੰਮ ਵੀ ਤਾਂ ਕਰਦੇ ਪਿਆ ਕਿ ਰੱਬ ਨੇ ਪਾਇਆ ਹੋਇਆ ਹੈ ਨਹੀਂ ਇਦਾਂ ਦਾ ਖਿਆਲ ਨਹੀਂ ਹੈ ਮੇਰੇ ਕਰਮਾਂ ਨੂੰ ਵੇਖ ਕੇ ਰੱਬ ਨੇ ਜੋ ਪਾ ਦਿੱਤਾ ਹੈ ਸਤਿਗੁਰੂ ਕਹਿੰਦੇ ਨੇ ਉਹੀ ਵਾਪਰਦਾ ਹੈ ਪਰ ਇੱਕ ਟਾਈਮ ਇਦਾਂ ਦਾ ਹੈ ਜਦੋਂ ਮੈਂ ਕਰਮ ਨਹੀਂ ਕੀਤੇ ਉਦੋਂ ਕੇਵਲ ਤੇ ਕੇਵਲ ਬਖਸ਼ਿਸ਼ ਹੈ ਤੇ ਬਖਸ਼ਿਆ ਵੀ ਮੈਂ ਬਖਸ਼ਿਸ਼ ਦੇਣ ਵਾਲੀ ਜਾਵਾਂਗਾ ਕਰਮਾਂ ਦੇ ਨਾਲ ਨਹੀਂ ਜੋ ਕਰ ਪਾਇਆ ਸੋਈ ਹੋਗ ਜੋ ਰੱਬ ਨੇ ਸਾਡੇ ਹਿਸਾਬ ਦੇ ਵਿੱਚ ਲਿਖ ਦਿੱਤਾ ਹੈ ਉਹ ਹੋਵੇਗਾ ਹਰਨ ਭਰਨ ਜਾਕਾ ਨੇਤਰ ਫੂਰ ਹਰਨ ਦਾ ਮਤਲਬ ਹੁੰਦਾ ਹੈ ਹਰ ਲੈਣਾ ਖਤਮ ਕਰ ਦੇਣਾ ਪਰਨ ਦਾ ਮਤਲਬ ਹੈ ਬਿਲਕੁਲ ਉਦਤ ਆਪੋਜ਼ਿਟ ਦੋ ਸ਼ਕਤੀਆਂ ਨੇ ਨਾ ਦੁਨੀਆ ਦੇ ਵਿੱਚ ਪੈਦਾ ਹੋਣ ਵਾਲੀ ਤੇ ਖਤਮ ਹੋਣ ਵਾਲੀ ਇਹ ਦੋ ਚੀਜ਼ਾਂ ਚਲਦੀਆਂ ਪਈਆਂ ਨੇ ਔਰ ਸੰਸਾਰ ਨੂੰ ਇਹੋ ਹੀ ਚਲਾ ਰਹੀਆਂ ਨੇ ਸੰਜੋਗ ਵਿਜੋਗ ਦੋਏ ਕਾਰ ਚਲਾਵੇਂ ਮਹਾਰਜ ਕਹਿੰਦੇ ਨੇ ਵਿਛੜਨਾ ਤੇ ਮਿਲਣਾ ਵੇਖੋ ਨਵੇਂ ਸਾਨੂੰ ਮਿਲੀ ਜਾਂਦੇ ਨੇ ਪੁਰਾਣੇ ਸਾਡੇ ਤੋਂ ਵਿਛੜੀ ਜਾਂਦੇ ਨੇ ਇਹ ਸੰਸਾਰ ਦੀ ਖੇਡ ਚੱਲਦੀ ਪਈ ਆ ਇਦਾਂ ਹਰਨ ਪਰਨ ਭਾਵ ਕੇ ਖਤਮ ਕਰਨਾ ਤੇ ਜੀਵਾਂ ਨੂੰ ਭਰ ਦੇਣਾ ਦੁਨੀਆ ਨੂੰ ਰਿਜ਼ਕ ਦੇ ਦੇਣਾ ਜਾਕਾ ਨੇਤਰ ਫੂਰ ਨੇਤਰ ਅੱਖ ਫੋਰ ਦਾ ਮਤਲਬ ਜਿੰਨਾ ਸਮਾਂ ਆਈ ਬਲਿੰਕ ਕਰਦਿਆਂ ਲਾਉਂਦੀ ਹੈ ਇੰਨੇ ਕ ਸਮੇਂ ਦੇ ਵਿੱਚ ਮਹਾਰਜ ਕਹਿੰਦੇ ਦੁਨੀਆ ਭਰ ਕੇ ਤੇ ਦੁਨੀਆ ਖਾਲੀ ਵੀ ਕਰ ਦਿੰਦਾ ਔਰ ਖਾਲੀ ਕਰਕੇ ਫੇਰ ਭਰ ਦਿੰਦਾ ਹੈ ਇੰਨੀ ਤਾਕਤ ਹੈ ਉਹਦੇ ਵਿੱਚ ਤਿਸ ਕਾ ਮੰਤਰ ਨਾ ਜਾਣੈ ਹੋਰ ਮੰਤਰ ਦਾ ਮਤਲਬ ਹੈ ਵੀ ਉਹਦੇ ਮਨ ਦੇ ਵਿੱਚ ਕੀ ਘੁੰਮ ਘੁੰਮਦਾ ਪਿਆ ਹੈ ਅੰਤ ਨਾ ਜਾਪੈ ਕਿਆ ਮਨ ਮੰਤ ਮੰਤਵ ਕੀ ਹੈ ਉਹਦਾ ਉਹਦੇ ਦਿਲ ਦੇ ਵਿੱਚ ਕੀ ਚੱਲਦਾ ਪਿਆ ਹੈ ਸਤਿਗੁਰੂ ਕਹਿੰਦੇ ਤਿਸ ਕਾ ਮੰਤਰ ਨਾ ਜਾਣੈ ਹੋਰ ਉਹਦਾ ਮੰਤਰ ਹੋਰ ਕੋਈ ਨਹੀਂ ਜਾਣਦਾ ਕਿਸੇ ਨੂੰ ਕੀ ਪਤਾ ਕਿ ਉਹਨੇ ਅਗਲੇ ਪਲ ਦੇ ਵਿੱਚ ਕੀ ਕਰ ਦੇਣਾ ਹੈ ਹਜ਼ੂਰ ਕਹਿੰਦੇ ਅਨੰਦ ਰੂਪ ਮੰਗਲ ਸਦ ਜਾਕੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਹਮੇਸ਼ਾ ਆਨੰਦ ਹੈ ਘਰ ਦਾ ਮਤਲਬ ਜਿੱਥੇ ਉਹ ਵਸਦਾ ਪਿਆ ਹੈ ਇਦਾਂ ਦਾ ਖਾਸ ਘਰ ਨਹੀਂ ਉਹ ਤਾਂ ਸਿ ਪਿੱਛੇ ਹੀ ਪੜਾਇਆ ਸਲੋਕ ਦੇ ਵਿੱਚ ਵੀ ਇਦਾਂ ਦਾ ਕੁਝ ਨਹੀਂ ਹੈ ਪਭ ਉਹ ਏਦਾਂ ਦਾ ਹੈ ਜਿਹਦੇ ਕੋਲ ਆਨੰਦ ਹੀ ਆਨੰਦ ਹੈ ਮੰਗਲ ਹੈ ਜੀ ਦੇ ਕਰਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਨੇ ਸਦ ਜਾ ਕੈ ਸਰਬ ਥੋਕ ਸੁਣੀ ਹੈ ਕਰਤਾ ਕੈ ਉਹ ਏਦਾਂ ਦਾ ਹੈ ਜਿਹਦੇ ਕਰਦੇ ਵਿੱਚ ਸਾਰੇ ਹੀ ਥੋਕ ਸੁਣੇ ਜਾਂਦੇ ਨੇ ਥੋਕ ਦਾ ਮਤਲਬ ਪਦਾਰਤ ਕਿ ਦੁਕਾਨ ਹੁੰਦੀ ਹੈ ਨਾ ਜਿਹਨੂੰ ਥੋਕ ਦੀ ਦੁਕਾਨ ਕਿਹਾ ਜਾਂਦਾ ਪਭ ਕੇ ਸਸਤੇ ਭਾਅ 'ਚ ਸਾਰਾ ਕੁਝ ਮਿਲੀ ਜਾਣਾ ਉਹਨੂੰ ਕਿਹਾ ਜਾਂਦਾ ਹੈ ਸਰਬ ਥੋਕ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਤ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਉਹ ਸ਼ਬਦ ਹੈ ਮੇਰੇ ਮਨ ਇਕਸ ਸਿਉਂਚਿਤ ਲਾਏ ਇਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਏ ਬੜਾ ਖੁਸ਼ੀ ਦੇ ਮੌਕੇ ਦੇ ਉਤੇ ਪੜਿਆ ਜਾਂਦਾ ਸ਼ਬਦ ਨਨ ਲੱਖ ਖੁਸ਼ੀਆਂ ਪਾਤ ਚਾਹੀਆਂ ਜੇ ਸਤਗੁਰ ਨਦਰ ਕਰੇ ਉਹ ਸ਼ਬਦ ਹੈ ਸਭੇ ਥੋਕ ਪ੍ਰਾਪਤੇ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਨੇ ਸਰਬ ਥੋਕ ਸੁਣੀਐ ਕਰਤਾ ਕੇ ਸਾਰੇ ਪਦਾਰਥ ਜਿਹਦੇ ਕਰਦੇ ਵਿੱਚ ਸੁਣੇ ਜਾਂਦੇ ਨੇ ਵੇਖੋ ਗੁਰਬਾਣੀ ਨੂੰ ਸਮਝਣ ਦਾ ਤਰੀਕਾ ਹੀ ਇਹ ਹੈ ਵੋਕੇਬਲਰੀ ਤੇ ਵਾਰ-ਵਾਰ ਉਹੀ ਆਵੇਗੀ ਨਾ ਬੇਨਤੀ ਕਰ ਦੇਵਾਂ ਦਾਵੇ ਨਹੀਂ ਨੇ ਇਹਨਾਂ ਗੱਲਾਂ ਦੇ ਪਰ ਜੇ ਲਗਭਗ ਸਾਨੂੰ ਗੁਰਬਾਣੀ ਦਾ ਪਾਠ ਕਰਦਿਆਂ ਲਗਭਗ 2-400 ਵਰਡ ਮੀਨਿੰਗ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚੋਂ ਤੇ ਸਾਨੂੰ ਸਮਝ ਲੱਗ ਜਾਵੇਗੀ ਕਿ ਗੱਲ ਕੀਤੀ ਕਿਹੜੀ ਜਾ ਰਹੀ ਹੈ ਵੋਕੇਬਲਰੀ ਇਸ ਕਰਕੇ ਗੁਰਬਾਣੀ ਦੀ ਜ਼ਰੂਰੀ ਹੈ ਮੀਨਿੰਗ ਪਦ ਅਰਥ ਸਾਨੂੰ ਪਤਾ ਹੋਣਗੇ ਵਰਡ ਮੀਨਿੰਗ ਪਤਾ ਹੋਣਗੇ ਤੇ ਫਿਰ ਅਰਥ ਵੀ ਕਲੀਅਰ ਹੋਈ ਜਾਣਗੇ ਇਸ ਕਰਕੇ ਮਰਦ ਕਹਿੰਦੇ ਨੇ ਵਹਿਗੁਰੂ ਕਿਵੇਂ ਦਾ ਹੈ ਰਾਜ ਮਹਾਰਾਜ ਰਾਜਿਆਂ ਦੇ ਵਿੱਚ ਉਹ ਬੜਾ ਵੱਡਾ ਰਾਜਾ ਹੈ ਜੋਗਮਹ ਜੋਗੀ ਜੋਗੀਆਂ ਦੇ ਵਿੱਚ ਬੜਾ ਵੱਡਾ ਜੋਗੀ ਹੈ ਕੋਈ ਜੋਗੀ ਉਹਦੇ ਤੋਂ ਵੱਡਾ ਨਹੀਂ ਤਪਮਹ ਤਪੀਸਰ ਤੇ ਤਪੀਆਂ ਦੇ ਵਿੱਚ ਤਪੀ ਵੀ ਸਭ ਤੋਂ ਵੱਡਾ ਉਹ ਹੈ ਗ੍ਰਸਤਮਹ ਭੋਗੀ ਤੇ ਸਾਡੇ ਵਰਗੇ ਗ੍ਰਸਤੀਆਂ ਦੇ ਵਿੱਚੋਂ ਸਭ ਤੋਂ ਵੱਡਾ ਭੋਗੀ ਵੀ ਰੱਬ ਹੀ ਹੈ ਭਾਵੇਂ ਕੋਈ ਦੁਨੀਆ ਦੇ ਵਿੱਚ ਕਹਵੇ ਨਾ ਕਿ ਮੈਂ ਬੜਾ ਵੱਡਾ ਮਰਜ਼ੀ ਕਹਿੰਦੇ ਰੱਬ ਉਹਦੇ ਤੋਂ ਵੀ ਵੱਡਾ ਹੈ ਕਿਸੇ ਵੀ ਕੰਮ ਦੇ ਵਿੱਚ ਪਿਆ ਹੋਵੇ ਰੱਬ ਉਹਦੇ ਤੋਂ ਵੀ ਗਾਂ ਹੋਵੇਗਾ ਫਿਰ ਧਿਆਏ ਧਿਆਏ ਭਗਤਾਂ ਸੁਖ ਪਾਇਆ ਉਸ ਵਾਹਿਗੁਰੂ ਨੂੰ ਧਿਆ ਤਿਆ ਕੇ ਉਹਦਾ ਸਿਮਰਨ ਕਰ ਕਰਕੇ ਭਗਤਾਂ ਨੇ ਸੁਖ ਪਾਇਆ ਹੈ ਨਾਨਕ ਤਿਸ ਪੁਰਖ ਕਾ ਕਿਨਹ ਅੰਤ ਨ ਪਾਇਆ ਉਹ ਜਿਹੜਾ ਵਾਹਿਗੁਰੂ ਸਾਰਿਆਂ ਦੇ ਵਿੱਚ ਵਿਆਪਕ ਹੈ ਨਾ ਉਹਦਾ ਕਿਸੇ ਨੇ ਅੰਤ ਨਹੀਂ ਪਾਇਆ ਹੈ ਜਾਕੀ ਲੀਲਾ ਕੀ ਮਿਤ ਨਾ ਹੈ ਇਹ ਮੈਂ ਇਸ ਕਰਕੇ ਸ਼ਬਦ ਆਪ ਜੀ ਦੇ ਅੱਗੇ ਰੱਖਦਾ ਹਾਂ ਤਾਂ ਕਿ ਜਦੋਂ ਅਸੀਂ ਕੱਲ ਨੂੰ ਵੀ ਪਾਠ ਕਰਨ ਬੈਠਾਂਗੇ ਤਾਂ ਵਾਹਿਗੁਰੂ ਬਖਸ਼ ਲਵੇ ਆਪ ਜੀ ਨੂੰ ਅਰਥ ਕਲੀਅਰ ਹੋਈ ਜਾਣਗੇ ਲੀਲਾ ਦਾ ਮਤਲਬ ਹੁੰਦਾ ਹੈ ਖੇਡ ਸਾਨੂੰ ਤੇ ਇਦਾਂ ਹੀ ਪੜਾਇਆ ਜਾਂਦਾ ਹੁੰਦਾ ਸੀ ਕਿ ਇੱਕ ਵਾਰ ਇਦਾਂ ਸਮਝ ਲਓ ਕਿ ਦੁਬਾਰਾ ਕਦੀ ਅਰਥ ਭੁੱਲਣ ਹੀ ਨਾ ਚਲੋ ਪਕੜ ਆਪੋ ਆਪਣੀ ਹੈ ਮਹਾਰਾਜ ਬਖਸ਼ ਲਵੇ ਤੁਸੀਂ ਵੇਖਦੇ ਜੇ ਖਾਸ ਦਿਨਾਂ ਦੇ ਵਿੱਚ ਇੱਕ ਖੇਡਾਂ ਖੇਡੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਰਾਮ ਲੀਲਾ ਤੇ ਰਾਸ ਲੀਲਾ ਕਿਹਾ ਜਾਂਦਾ ਹੈ ਰਾਮ ਲੀਲਾ ਦਾ ਮਤਲਬ ਕੀ ਹੈ ਵੀ ਰਾਮ ਦੀ ਖੇਡ ਜਿਦੇ ਵਿੱਚ ਉਹਦੇ ਬਾਰੇ ਬੋਲਿਆ ਜਾ ਰਿਹਾ ਹੁਣ ਜਾ ਕੀ ਲੀਲਾ ਕੀ ਮਿਤ ਨਾ ਹੈ ਜਿਵੇਂ ਰੱਬ ਦੀ ਖੇਡ ਦਾ ਅੰਦਾਜ਼ਾ ਹੀ ਨਹੀਂ ਲੱਗ ਸਕਦਾ ਮਿਤ ਦਾ ਭਾਵ ਮਿੰਤੀ ਸਗਲ ਦੇਵ ਹਾਰੇ ਅਵਗਾਹੇ ਅਵਗਾਹਣ ਦਾ ਮਤਲਬ ਹੁੰਦਾ ਹੈ ਚੰਗੀ ਤਰ੍ਹਾਂ ਲੱਭ ਲੱਭ ਕੇ ਸਾਰੇ ਦੇਵਤੇ ਵੀ ਹਾਰ ਗਏ ਪਰ ਰੱਬ ਦਾ ਖੋਜ ਨਹੀਂ ਲੱਭਾ ਭੀ ਰੱਬ ਕੀ ਚਾਹੁੰਦਾ ਹੈ ਫਿਰ ਗੁਰੂ ਸਾਹਿਬ ਕਿਰਪਾ ਕਰਦੇ ਨੇ ਭਾਈ ਲੱਭ ਵੀ ਕਿਦਾਂ ਲੈਣ ਪਿਤਾ ਕਾ ਜਨਮ ਕੇ ਜਾਣੈ ਪੁੱਤ ਪਿਤਾ ਦੇ ਜਨਮ ਦੇ ਬਾਰੇ ਪੁੱਤਰ ਨੂੰ ਕੀ ਜਾਣਕਾਰੀ ਹੈ ਕੀ ਦੱਸ ਸਕਦਾ ਹੈ ਪਿਤਾ ਪੁੱਤਰ ਆਪਣੇ ਪਿਤਾ ਦੇ ਜਨਮ ਦੇ ਬਾਰੇ ਪਿਤਾ ਦਾ ਜਨਮ ਕੇ ਜਾਣੈ ਪੁੱਤ ਸਗਲ ਪਰੋਈ ਆਪਣੇ ਸੂਤ ਮਰਜ ਕਹਿੰਦੇ ਨੇ ਸਾਰੀ ਸ੍ਰਿਸ਼ਟੀ ਵਾਹਿਗੁਰੂ ਨੇ ਆਪਣੇ ਸੂਤਰ ਦੇ ਵਿੱਚ ਪਰੋਈ ਹੋਈ ਹੈ ਜਿਦਾਂ ਮਾਲਾ ਤੇ ਮਾਲਾ ਦੇ ਮਣਕੇ ਤੇ 100 ਵੀ ਹੋ ਸਕਦੇ ਨੇ 200 ਵੀ ਹੋ ਸਕਦੇ ਨੇ ਪਰ ਧਾਗਾ ਇੱਕ ਰਹਿੰਦਾ ਹੈ ਨਾ ਪਿੱਛੇ ਸਤਿਗੁਰੂ ਕਹਿੰਦੇ ਇਦਾਂ ਦੁਨੀਆ ਵੇਖਣ ਨੂੰ ਵੱਖ-ਵੱਖ ਪਰ ਸਾਰੀ ਬੱਜੀ ਹੋਈ ਹੈ ਇੱਕ ਵਿਧਾਨ ਦੇ ਵਿੱਚ ਮਨੁੱਖ ਦਰਖਤਾਂ ਦੇ ਉੱਤੇ ਆਸ਼ਰਿਤ ਦਰਖਤ ਮਨੁੱਖ ਮਨੁੱਖਾਂ ਦੇ ਉੱਤੇ ਆਸ਼ਰਿਤ ਹੋ ਗਏ ਇੱਕ ਦੂਸਰੇ ਦੇ ਨਾਲ ਬੱਝੇ ਪਏ ਹਾਂ ਅਸੀਂ ਤੁਸੀਂ ਵੇਖ ਲਓ ਅਸੀਂ ਗੱਡੀਆਂ ਦੇ ਉੱਤੇ ਗੱਡੀਆਂ ਦਾ ਆਸਰਾ ਲੈਂਦੇ ਹਾਂ ਤੇ ਗੱਡੀਆਂ ਸਾਡਾ ਆਸਰਾ ਨਹੀਂ ਲੈਂਦੀਆਂ ਤੇਲ ਨਾ ਪਾਈਏ ਤੇ ਗੱਡੀਆਂ ਦੀ ਕੀ ਬੁੱਕਤ ਹੈ ਇਸ ਕਰਕੇ ਮਰਦ ਕਹਿੰਦੇ ਸ੍ਰਿਸ਼ਟੀਓ ਨੇ ਪੈਦਾ ਹੀ ਇਦਾਂ ਕੀਤੀ ਹੈ ਕਿ ਅਸੀਂ ਇੱਕ ਦੂਸਰੇ ਦੇ ਉੱਤੇ ਆਸ਼ਰਿਤ ਹੋ ਗਏ ਪਰ ਆਪ ਕੀ ਹੈ ਉਹਨੇ ਸਾਰਿਆਂ ਨੂੰ ਇਸ ਮਰਿਆਦਾ ਦੇ ਵਿੱਚ ਪਰੋ ਕੇ ਰੱਖਿਆ ਹੋਇਆ ਹੈ ਸਗਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਨ ਦੇ ਮਹਾਰਦ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਕਿਰਪਾ ਕਰਕੇ ਸਮਤ ਦੇ ਦਿੰਦਾ ਹੈ ਸਮਤ ਦਾ ਮਤਲਬ ਹੁੰਦਾ ਹੈ ਚੰਗੀ ਮਤ ਗਿਆਨ ਗਿਆਨ ਦਾ ਮਤਲਬ ਹੈ ਰੱਬ ਦੇ ਬਾਰੇ ਸਮਝ ਧਿਆਨ ਦਾ ਮਤਲਬ ਹੈ ਉਹਦੇ ਵੱਲ ਧਿਆਨ ਹੋ ਜਾਵੇ ਸੁਰਤ ਜੁੜ ਜਾਵੇ ਜਿੰਨ ਦੇ ਜਿਨ੍ਹਾਂ ਨੂੰ ਮਾਲਕ ਇਹ ਦਾਤਾਂ ਬਖਸ਼ ਦਿੰਦਾ ਹੈ ਜਨ ਦਾਸ ਨਾਮ ਧਿਆਵਹਿ ਸੇ ਉਹ ਰੱਬ ਦੇ ਜਨ ਉਹ ਰੱਬ ਦੇ ਸੇਵਕ ਫਿਰ ਨਾਮ ਨੂੰ ਧਿਆਉਂਦੇ ਨੇ ਤੇਹ ਗੁਣ ਮਹਿ ਜਾਕੋ ਪਰਮਾਏ ਪਰਮਾਰਥ ਕਹਿੰਦੇ ਜਿਨ੍ਹਾਂ ਨੂੰ ਰੱਬ ਤਿੰਨਾਂ ਗੁਣਾਂ ਦੇ ਵਿੱਚ ਹੀ ਪਰਮਾਈ ਫਿਰਦਾ ਹੈ ਜੋ ਅਸੀਂ ਸ਼ਲੋਕ ਦੇ ਵਿੱਚ ਵਿਚਾਰੇ ਨੇ ਵੀ ਰਜ ਗੁਣ ਤਮ ਗੁਣ ਤੇ ਸਤ ਗੁਣ ਦੀ ਜਿਨ੍ਹਾਂ ਨੂੰ ਕਮਾਈ ਰੱਖਦਾ ਹੈ ਤੇਹ ਗੁਣ ਮਹਿ ਜਾਕੋ ਪਰਮਾਏ ਜਨਮ ਮਰੈ ਫਿਰ ਆਵੇ ਜਾਏ ਮਾਰਥ ਕਹਿੰਦੇ ਉਹ ਤਾਂ ਫਿਰ ਜੰਮਦੇ ਮਰਦੇ ਰਹਿੰਦੇ ਨੇ ਆਉਂਦੇ ਜਾਂਦੇ ਰਹਿੰਦੇ ਨੇ ਉੱਚ ਨੀਚ ਤਿਸਕੇ ਅਸਥਾਨ ਕੋਈ ਉੱਚਾ ਥਾਂ ਹੈ ਤੇ ਕੋਈ ਨੀਵਾ ਥਾਂ ਹੈ ਸਾਰੇ ਰੱਬ ਦੇ ਹੀ ਥਾਂ ਨੇ ਹੁਣ ਆਪਾਂ ਗੁਰਦੁਆਰੇ ਸਾਹਿਬ ਦੇ ਅੰਦਰ ਬੈਠੇ ਹੋਏ ਹਾਂ ਤੇ ਭਾਵੇਂ ਕੋਈ ਇੱਧਰ ਮੈਂ ਵਾਰ ਉਦਾਹਰਣ ਇਸ ਕਰਕੇ ਲੈ ਲੈਣਾ ਹੁੰਦਾ ਹਾਂ ਕਿ ਵੇਖੋ ਕੋਈ نیچے ਲੰਗਰ ਹਾਲ ਦੇ ਵਿੱਚ ਜਾ ਕੇ ਬੈਠ ਜਾਵੇ ਬਾਹਰ ਗੇਟ ਦੇ ਲਾਗੇ ਬੈਠ ਜਾਵੇ ਇੱਥੇ ਬੈਠ ਜਾਵੇ ਪਿਛਲੀ ਦੀਵਾਰ ਤੇ ਬੈਠ ਜਾਵੇ ਇੱਧਰ ਆ ਕੇ ਬੈਠ ਜਾਵੇ ਬੈਠੇਗਾ ਤੇ ਗੁਰਦੁਆਰੇ ਹੀ ਨਾ ਮਰਦ ਕਹਿੰਦੇ ਕੋਈ ਉੱਚੀ ਥਾਂ ਤੇ ਬੈਠ ਜਾਵੇ ਨੀਵੀਂ ਥਾਂ ਤੇ ਬੈਠ ਜਾਵੇ ਬੈਠਾ ਤੇ ਗੁਰਦੁਆਰੀ ਹੈ ਨਾ ਇਸ ਕਰਕੇ ਦੁਨੀਆ ਦੀ ਕੋਈ ਵੀ ਥਾਂ ਇਹੋ ਜੀ ਨਹੀਂ ਹੈ ਜਿੱਥੇ ਮਾਲਕ ਨਹੀਂ ਹੈ ਉੱਚਾ ਥਾਂ ਹੈ ਨੀਵਾ ਥਾਂ ਹੈ ਚੰਗਾ ਥਾਂ ਹੈ ਬੁਰਾ ਥਾਂ ਹੈ ਸਾਰੇ ਰੱਬ ਦੇ ਕਰਕੇ ਨੇ ਉਹ ਸਾਰੇ ਰੱਬ ਦੇ ਅਸਥਾਨ ਨੇ ਜੈਸਾ ਜਨਾਵੇ ਤੈਸਾ ਨਾਨਕ ਜਾਨ ਜਿਹੋ ਜ੍ਹਾ ਰੱਬ ਜਿਹੋ ਜੀ ਮਤ ਲੋਕਾਂ ਨੂੰ ਬਖਸ਼ ਦਿੰਦਾ ਹੈ ਜਿਹੋ ਜ੍ਹਾ ਆਪਣੇ ਬਾਰੇ ਜਾਣਕਾਰੀ ਕਰਵਾ ਦਿੰਦਾ ਹੈ ਮਹਾਰਾਜ ਕਹਿੰਦੇ ਜੀਵ ਉਹ ਜ ਹੈ ਉਹਦੇ ਬਾਰੇ ਬੋਲਣਾ ਸ਼ੁਰੂ ਕਰ ਦਿੰਦੇ ਨੇ ਫਿਰ ਬਚਨ ਵੇਖੋ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਦਾ ਮਤਲਬ ਹੁੰਦਾ ਹੈ ਕਈ ਤਰੀਕਿਆਂ ਦੇ ਵੱਖਰੇ ਵੱਖਰੇ ਉਹ ਵਾਹਿਗੁਰੂ ਜਿਦੇ ਕਈ ਰੂਪ ਨੇ ਹੁਣ ਸ਼ਲੋਕ ਦੇ ਵਿੱਚ ਤੇ ਮਹਾਰਾਜ ਨੇ ਇਹ ਗੱਲ ਬੋਲੀ ਵੀ ਉਹਦਾ ਕੋਈ ਰੂਪ ਹੀ ਨਹੀਂ ਹੈ ਤੇ ਇੱਥੇ ਆ ਗਿਆ ਵੀ ਮਹਾਰ ਉਹਦੇ ਤੇ ਰੂਪ ਹੀ ਬੜੇ ਨੇ ਇੱਥੇ ਫਿਰ ਜੇ ਅਰਥ ਪੜਾਂਗੇ ਤੇ ਕਿਤੇ ਕਨਫਿਊਜ਼ਨ ਹੋ ਜਾਂਦੀ ਹੈ ਵੀ ਮਹਾਰਾਜ ਜੀ ਸਲੋਕਾਂ 'ਚ ਕੁਝ ਹੋਰ ਗੱਲ ਹੈ ਤੇ ਅਸ਼ਟਪਦੀ 'ਚ ਗੱਲ ਹੋਰ ਹੋ ਗਈ ਇਹਨੂੰ ਅਸੀਂ ਰੋਜ਼ ਹੀ ਪੜਦੇ ਹਾਂ ਹਜ਼ੂਰ ਕਹਿੰਦੇ ਸਹਸ ਤਵ ਨੈਨ ਨਨ ਨੈਨ ਹੈ ਤੋਹ ਕਉ ਸਹਸ ਮੂਰਤ ਨਨ ਇਕ ਤੋਹੀ ਸਤਿਗੁਰੂ ਕਹਿੰਦੇ ਨੇ ਵੀ ਸੱਚੇ ਪਾਤਸ਼ਾਹ ਤੇਰੇ ਹਜ਼ਾਰਾਂ ਹੀ ਨੈਣ ਨੇ ਤੇਰੀਆਂ ਹਜ਼ਾਰਾਂ ਹੀ ਅੱਖਾਂ ਨੇ ਪਰ ਤੇਰੀ ਇੱਕ ਵੀ ਅੱਖ ਨਹੀਂ ਇਹਦਾ ਭਾਵ ਇਹ ਹੁੰਦਾ ਹੈ ਜਿੱਦਾਂ ਅਸੀਂ ਸਾਰੇ ਬੈਠੇ ਹਾਂ ਇਦਾਂ ਹੀ ਬਾਕੀ ਸਾਰੀ ਦੁਨੀਆ ਦੇ ਜਿੰਨੇ ਵੀ ਮਨੁੱਖ ਨੇ ਜਾਨਵਰ ਨੇ ਜਿਨ੍ਹਾਂ ਨੂੰ ਰੱਬ ਨੇ ਅੱਖਾਂ ਬਖਸ਼ੀਆਂ ਨੇ ਇਹ ਸਾਰੀਆਂ ਅੱਖਾਂ ਕਿਹਦੀਆਂ ਨੇ ਰੱਬ ਦੀਆਂ ਅੱਖਾਂ ਨੇ ਸਹਿਸ ਤਵ ਨੈਨ ਇਸ ਕਰਕੇ ਇਹ ਵੈਗਰੂ ਇਹ ਤੇਰੀਆਂ ਅੱਖਾਂ ਨੇ ਤੇਰੀਆਂ ਹਜ਼ਾਰਾਂ ਹੀ ਅੱਖਾਂ ਨੇ ਪਰ ਜੇ ਕੋਈ ਸਾਡੇ ਵਿੱਚੋਂ ਇਹ ਕਹਿ ਦੇਵੇ ਕਿ ਮੇਰੀਆਂ ਅੱਖਾਂ ਜਿਹੜੀਆਂ ਨੇ ਇਹੋ ਹੀ ਰੱਬ ਦੀਆਂ ਅੱਖਾਂ ਨੇ ਬਾਕੀਆਂ ਦੀਆਂ ਨਹੀਂ ਨੇ ਕੋਈ ਕਰਨੂ ਮੂਰਤੀ ਬਣਾ ਕੇ ਕਹਿ ਦੇਵੇ ਕਿ ਆਹ ਰੱਬ ਦੀਆਂ ਅੱਖਾਂ ਨੇ ਮਰਦ ਕਹਿੰਦੇ ਇਦਾਂ ਦੀ ਤੇਰੀ ਇੱਕ ਵੀ ਮੂਰਤੀ ਨਹੀਂ ਹੈ ਇਦਾਂ ਦਾ ਤੇਰਾ ਇੱਕ ਵੀ ਨੈਣ ਨਹੀਂ ਹੈ ਇਦਾਂ ਦੀ ਤੇਰੀ ਇੱਕ ਵੀ ਅੱਖ ਨਹੀਂ ਹੈ ਹੁਣ ਇੱਥੇ ਗੱਲ ਕੀਤੀ ਜਾ ਰਹੀ ਹੈ ਨਾਨਾ ਰੂਪ ਜਿੱਦਾਂ ਸਾਡੇ ਰੂਪ ਵੱਖਰੇ ਵੱਖਰੇ ਨੇ ਨਾ ਸਾਡੇ ਵਿੱਚ ਸਰਗੁਣ ਰੂਪ ਦੇ ਵਿੱਚ ਰੱਬ ਵਿਚਰਦਾ ਹੈ ਇਸ ਕਰਕੇ ਉਹਨੂੰ ਕਿਹਾ ਹੈ ਕਿ ਇਹ ਵਾਹਿਗੁਰੂ ਨਾਨਾ ਰੂਪ ਜਿਹੜਾ ਵਾਹਿਗੁਰੂ ਜੀ ਦੇ ਕਈ ਰੂਪ ਨੇ ਨਾਨਾ ਜਾ ਕੇ ਰੰਗ ਤੇ ਮਰਦ ਕਹਿੰਦੇ ਨੇ ਜਿਦੇ ਕਈ ਰੰਗ ਨੇ ਫਿਰ ਭਵਕੇ ਜਿਦੇ ਕਈ ਇੱਕ ਦੂਸਰੇ ਨਾਲ ਚੀਜ਼ਾਂ ਮੈਚ ਨਹੀਂ ਨਾ ਕਰਦੀਆਂ ਨਾਨਾ ਭੇਖ ਕਰਹਿ ਇੱਕ ਰੰਗ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਵਾਹਿਗੁਰੂ ਤੂੰ ਕਈ ਪਹਿਰਾਵੇ ਧਾਰਨ ਕਰ ਲੈਂਦਾ ਹੈ ਜੀਵਨ ਦੇ ਵਿੱਚ ਬੈਠਾ ਕੋਈ ਕਿਸੇ ਤਰੀਕੇ ਦੇ ਵਿਹਾਰ ਦੇ ਨਾਲ ਤੁਰਦਾ ਹੈ ਕੋਈ ਕਿਸੇ ਸੋਚ ਦੇ ਨਾਲ ਤੁਰਦਾ ਹੈ ਨਾਨਾ ਦੇਖ ਕਰਨ ਇੱਕ ਰੰਗ ਪਰ ਫਿਰ ਵੀ ਤੂੰ ਇੱਕ ਦਾ ਇੱਕ ਰਹਿ ਜਾਂਦਾ ਹੈ ਇੱਕ ਪਿਆਰ ਵਾਲਾ ਰਹਿ ਜਾਂਦਾ ਹੈ ਫਿਰ ਸਤਿਗੁਰੂ ਕਹਿੰਦੇ ਨੇ ਨਾਨਾ ਵਿਦ ਕੀਨੋ ਵਿਸਥਾਰ ਇਸ ਸ੍ਰਿਸ਼ਟੀ ਦਾ ਵਿਸਥਾਰ ਉਹਨੇ ਕਈ ਤਰੀਕਿਆਂ ਦੇ ਨਾਲ ਕੀਤਾ ਹੈ ਇਹ ਇੱਕ ਦੋ ਤਰੀਕੇ ਨਹੀਂ ਨੇ ਚਾਰ ਤਰੀਕੇ ਨਹੀਂ ਨੇ ਬੜੀਆਂ ਵਿਧੀਆਂ ਨੇ ਜਿਹਦੇ ਨਾਲ ਸ੍ਰਿਸ਼ਟੀ ਪੈਦਾ ਹੁੰਦੀ ਹੈ ਤੇ ਵਿਸਥਾਰਿਤ ਹੁੰਦੀ ਹੈ ਪ੍ਰਭ ਅਬਿਨਾਸੀ ਇਕੰਕਾਰ ਉਹ ਵਾਹਿਗੁਰੂ ਇੱਕ ਹੈ ਤੇ ਨਾਸ਼ ਤੋਂ ਰਹਿਤ ਹੈ ਨਾਨਾ ਚਲਿਤ ਕਰੇ ਖਿਨ ਮਾਹੇ ਚਲਿਤ ਦਾ ਮਤਲਬ ਹੁੰਦਾ ਹੈ ਖੇੜ ਕੌਤਕ ਕਈ ਤਰੀਕਿਆਂ ਦੇ ਕੌਤਕ ਉਹ 1 ਸੈਕਿੰਡ ਦੇ ਵਿੱਚ ਹੀ ਕਰ ਦਿੰਦਾ ਹੈ ਇੱਕ ਪਲ ਦੇ ਵਿੱਚ ਹੀ ਕਰ ਦਿੰਦਾ ਹੈ ਪੂਰ ਰਹੇ ਉਹ ਪੂਰਨ ਸਭ ਥਾਂ ਉਹ ਵਾਹਿਗੁਰੂ ਸੰਪੂਰਨ ਹੈ ਸਾਰੀਆਂ ਥਾਵਾਂ ਦੇ ਉੱਤੇ ਭਰਿਆ ਰਹਿੰਦਾ ਹੈ ਨਾਨਾ ਵਿਧ ਕਰ ਬਨਤ ਬਣਾਈ ਮਰਦ ਕਹਿੰਦੇ ਉਹਨੇ ਕਈ ਵਿਧੀਆਂ ਦੀ ਕਈ ਤਰੀਕਿਆਂ ਦੇ ਨਾਲ ਆ ਸ੍ਰਿਸ਼ਟੀ ਬਣਾਈ ਹੈ ਆਪਣੀ ਕੀਮਤ ਆਪੇ ਪਾਈ ਪਈ ਆਪਣੇ ਮੁੱਲ ਨੂੰ ਉਹ ਆਪ ਹੀ ਜਾਣਦਾ ਹੈ ਬੰਦੇ ਦੇ ਪੱਲੇ ਕੀ ਹੈ ਪੇ ਬੰਦਾ ਉਹਦੇ ਬਾਰੇ ਸਾਰਾ ਕੁਝ ਦੱਸ ਦੇਵੇ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਿੰਨੇ ਵੀ ਸਰੀਰ ਨੇ ਜਿੰਨੇ ਵੀ ਥਾਣੇ ਇਹ ਸਾਰੇ ਉਸ ਵਾਹਿਗੁਰੂ ਦੇ ਨੇ ਜਪ 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 ਜੀਵੇ ਨਾਨਕ ਹਰ ਨਾਉ ਮਰਜ ਕਹਿੰਦੇ ਨੇ ਉਸ ਵਾਹਿਗੁਰੂ ਦਾ ਸੇਵਕ ਉਸ ਵਾਹਿਗੁਰੂ ਦੇ ਨਾਮ ਨੂੰ ਜਪ ਜਪ ਕੇ ਜੀਂਦਾ ਹੈ ਨਾਮ ਕੇ ਧਾਰੇ ਸਗਲੇ ਜੰਤ ਇਥੇ ਨਾਮ ਦਾ ਭਾਵ ਆ ਗਿਆ ਹੁਕਮ ਜਿਨੂੰ ਅਸੀਂ ਪਿੱਛੇ ਵੀ ਪੜ ਕੇ ਆਏ ਸਾਂ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲੱਗ ਬੇਦ ਉਪਾਏ ਉਹ ਸਾਰੀ ਜੋ ਅਸ਼ਟਪਦੀ ਅਸੀਂ ਪੜੀ ਸੀ ਨਾਮ ਕੇ ਧਾਰੇ ਸਗਲੇ ਜੰਤ ਦਾ ਭਾਵ ਇਹ ਹੈ ਕਿ ਜਿੰਨੇ ਵੀ ਜੀਵ ਜੰਤੂ ਨੇ ਉਹ ਰੱਬ ਦੇ ਹੁਕਮ ਦੇ ਵਿੱਚ ਨੇ ਉਹਨੇ ਆਪਣੀ ਮਰਿਆਦਾ ਦੇ ਵਿੱਚ ਉਹਨਾਂ ਨੂੰ ਟਿਕਾਇਆ ਹੋਇਆ ਹੈ ਫਿਰ ਨਾਮ ਕੇ ਧਾਰੇ ਖੰਡ ਬ੍ਰਹਮੰਡ ਜਿੰਨੇ ਵੀ ਖੰਡ ਬ੍ਰਹਮੰਡ ਨੇ ਬ੍ਰਹਮੰਡ ਪੂਰਾ ਯੂਨੀਵਰਸ ਆ ਗਿਆ ਖੰਡ ਉਹਦੇ ਵਿੱਚੋਂ ਅੱਗੇ ਛੋਟੇ ਟੋਟੇ ਆ ਗਏ ਮਹਾਰਜ ਕਹਿੰਦੇ ਨੇ ਇਹ ਸਾਰੇ ਰੱਬ ਦੇ ਹੁਕਮ ਦੇ ਵਿੱਚ ਟਿਕੇ ਹੋਏ ਨੇ ਨਾਮ ਕੇ ਧਾਰੇ ਸਿਮਰਿਤ ਵੇਦ ਪੁਰਾਣ ਜਿੰਨੀਆਂ ਵੀ ਸਿਮਰਤੀਆਂ ਨੇ ਵੇਦ ਪੁਰਾਣ ਆਦਿਕ ਗ੍ਰੰਥ ਨੇ ਇਹ ਸਾਰੇ ਰੱਬ ਦੇ ਹੁਕਮ ਦੇ ਵਿੱਚ ਹੀ ਟਿਕੇ ਹੋਏ ਨੇ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਮਰਦ ਕਹਿੰਦੇ ਨੇ ਭਾਈ ਜੋ ਕੁਝ ਅਸੀਂ ਸੁਣਦੇ ਹਾਂ ਤੇ ਜਿੰਨਾ ਚੀਜ਼ਾਂ ਦੀ ਸਾਨੂੰ ਸਮਝ ਲੱਗ ਜਾਂਦੀ ਹੈ ਜਿੰਨਾ ਚੀਜ਼ਾਂ ਵੱਲ ਸਾਡਾ ਧਿਆਨ ਹੋ ਜਾਂਦਾ ਹੈ ਇਹ ਸਾਰਾ ਕੁਝ ਨਾਮ ਦੇ ਕਰਕੇ ਹੈ ਰੱਬ ਦੇ ਹੁਕਮ ਦੇ ਕਰਕੇ ਹੈ ਜੇ ਰੱਬ ਹੁਕਮ ਨਾ ਕਰੇ ਤੇ ਪਹਿਲੀ ਗੱਲ ਤੇ ਅਸੀਂ ਸੁਣੀ ਨਾ ਸਕੀਏ ਤੇ ਜੇ ਸੁਣ ਸਕੀਏ ਤੇ ਸਮਝ ਵੀ ਨਾ ਸਕੀਏ ਇਸ ਕਰਕੇ ਦਾਤਾਰ ਕਿਰਪਾ ਕਰਦੇ ਨੇ ਨਾਮ ਕੇ ਧਾਰੇ ਆਗਾਸ ਪਾਤਾਲ ਆਗਾਸ ਦਾ ਮਤਲਬ ਹੈ ਆਕਾਸ਼ ਨਾਮ ਦੇ ਕਰਕੇ ਹੀ ਆਕਾਸ਼ ਤੇ ਪਤਾਲ ਭਾਵ ਕੇ ਆਸਮਾਨ ਤੇ ਜੋ ਜ਼ਮੀਨ ਹੈ ਉਹ ਟਿਕੇ ਹੋਏ ਨੇ ਨਾਮ ਕੇ ਧਾਰੇ ਸਗਲ ਆਕਾਰ ਜਿੰਨੇ ਵੀ ਸਕਾਰ ਨੇ ਸਾਈਜ਼ ਨੇ ਚਾਹੇ ਉਹ ਬੰਦਿਆਂ ਦੇ ਨੇ ਦਰਖਤਾਂ ਦੇ ਨੇ ਬਨਸਪਤੀ ਦੇ ਵਿੱਚ ਕੁਝ ਵੀ ਹੈ ਮਰਦ ਕਹਿੰਦੇ ਇਹ ਸਾਰੇ ਰੱਬ ਦੇ ਹੁਕਮ ਦੇ ਵਿੱਚ ਟਿਕੇ ਹੋਏ ਨੇ ਨਾਮ ਕੇ ਧਾਰੇ ਪੁਰੀਆਂ ਸਭ ਪਵਨ ਜਿੰਨੇ ਵੀ 14 ਪਵਨ ਤੇ ਫਿਰ ਮਰਦ ਕਹਿੰਦੇ ਨੇ ਇਹ ਜਿਹੜੇ 14 ਪੁਰੀਆਂ ਤੇ ਫਿਰ ਮਹਾਰਜ ਕਹਿੰਦੇ ਨੇ ਕਿ ਤਿੰਨ ਭਵਨ ਜਿਹੜੇ ਵੈਸੇ ਤ੍ਰਿਭਵਨ ਦੀ ਜਿਹੜੀ ਆਪਾਂ ਗੱਲ ਪੜਦੇ ਹਾਂ ਜੋ ਕੁਝ ਵੀ ਹੈ ਸਤਿਗੁਰੂ ਕਹਿੰਦੇ ਰੱਬ ਦੀ ਰਜ਼ਾ ਦੇ ਵਿੱਚ ਟਿਕਿਆ ਹੋਇਆ ਹੈ ਨਾਮ ਕੈ ਸੰਗ ਉਧਰੇ ਸੁਨ ਸਰਵਨ ਜਿਹੜੇ ਬੰਦੇ ਵਾਹਿਗੁਰੂ ਦੇ ਨਾਮ ਨੂੰ ਕੰਨਾਂ ਦੇ ਨਾਲ ਸੁਣਦੇ ਨੇ ਉਹ ਬੰਦੇ ਪਾਰ ਹੋ ਜਾਂਦੇ ਨੇ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਕਿਰਪਾ ਕਰਕੇ ਵਾਹਿਗੁਰੂ ਜਿੰਨਾ ਜੀਵਾਂ ਨੂੰ ਆਪਣੇ ਨਾਮ ਦੇ ਨਾਲ ਜੋੜਦਾ ਹੈ ਆਪਣੇ ਨਾਮ ਦੇ ਨਾਲ ਲਾਉਂਦਾ ਹੈ ਨਾਨਕ ਚੌਥੇ ਪਦਮ ਹੈ ਸੋ ਜਨ ਗਤ ਪਾਏ ਉਹ ਚੌਥੇ ਪਦ ਦੇ ਵਿੱਚ ਅਵਸਥਾ ਉੱਚੀ ਹਾਸਲ ਕਰਦਾ ਹੈ ਚੌਥਾ ਪਦ ਕੀ ਹੈ ਜਿਹਨੂੰ ਅਸੀਂ ਸ਼ਲੋਕ ਚ ਪੜ ਕੇ ਆਏ ਹਾਂ ਕਿ ਤਿੰਨ ਗੁਣ ਨੇ ਮਾਇਆ ਦੇ ਰਜੋ ਤਮੋ ਤੇ ਸਤੋ ਬਹੁਤੀ ਦੁਨੀਆ ਇਹਦੇ ਵਿੱਚ ਹੀ ਘੁੰਮਦੀ ਹੈ ਤ੍ਰਿਹਕ ਤੇਹ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੇ ਜਾਏ ਇਹ ਇਸੇ ਅਸ਼ਟਪਦੀ ਤੇ ਅਸੀਂ ਪੜ ਕੇ ਆਏ ਹਾਂ ਚੌਥੇ ਪਦ ਮੈਂ ਸੋ ਜਨ ਗਤ ਪਾਏ ਇਹਦਾ ਮਤਲਬ ਹੈ ਕਿ ਕਿਸੇ ਬਿਲਡਿੰਗ ਦੇ ਉੱਪਰ ਜਾਣਾ ਹੋਵੇ ਤੇ ਉਹਦੇ 4 ਸਟੈਪਸ ਨੇ ਤੇ ਕੋਈ ਬੰਦਾ ਤਿੰਨਾਂ ਦੇ ਉੱਤੇ ਹੋ ਕੇ ਉੱਥੇ ਹੀ ਘੁੰਮਦਾ ਰਹੇ ਜਦੋਂ ਤੱਕ ਚੌਥੇ ਤੇ ਕਦਮ ਨਹੀਂ ਰੱਖੇਗਾ ਉਹ ਬਿਲਡਿੰਗ ਦੇ ਅੰਦਰ ਐਂਟਰ ਨਹੀਂ ਹੋਵੇਗਾ ਮਹਾਰਜ ਸਿਰਫ ਇਦਾਂ ਕਹਿੰਦੇ ਨੇ ਕਿ ਜਿੰਨਾਂ ਨੂੰ ਮਾਲਕ ਆਪਣੇ ਨਾਮ ਦੇ ਨਾਲ ਜੋੜ ਦਿੰਦਾ ਹੈ ਨਾ ਉਹਨਾਂ ਨੂੰ ਇਸ ਚੌਥੇ ਪੱਧ ਦੀ ਚੌਥੇ ਸਟੈਪ ਦੀ ਜਾਣਕਾਰੀ ਦਿੰਦਾ ਹੈ ਜੋ ਗੁਰਮੁਖਾਂ ਦੇ ਲਈ ਹੈ ਸਤਿਗੁਰੂ ਕਹਿੰਦੇ ਨੇ ਉਹ ਫਿਰ ਇਸ ਧਰਮ ਇਸ ਸਟੈਪ ਇਸ ਕਦਮ ਦੇ ਇੱਥੇ ਕਦਮ ਰੱਖਦੇ ਨੇ ਇਸ ਥਾਂ ਦੇ ਉੱਤੇ ਐਂਟਰ ਹੁੰਦੇ ਨੇ ਤੇ ਉਹਨਾਂ ਲਈ ਇਹ ਕਦਮ ਹੈ ਮਾਇਆ ਦੇ ਤਿੰਨਾ ਗੁਣਾ ਤੋਂ ਉੱਤੇ ਹੈ ਰੂਪ ਸਤਜਾਕਾ ਸਤ ਅਸਥਾਨ ਉਹ ਵਾਹਿਗੁਰੂ ਜਿਹਦਾ ਰੂਪ ਸਤ ਹੈ ਹੁਣ ਸ਼ਲੋਕ ਚ ਤੇ ਮਹਾਰਾਜ ਨੇ ਕਿਹਾ ਕਿ ਉਹਦਾ ਰੂਪ ਹੈ ਹੀ ਨਹੀਂ ਇਥੇ ਰੂਪ ਦਾ ਮਤਲਬ ਹੋ ਗਿਆ ਹੋਂਦ ਜਿਹਦੀ ਹਸਤੀ ਹਮੇਸ਼ਾ ਰਹਿਣ ਵਾਲੀ ਹੈ ਜਾ ਕਾ ਸਤ ਅਸਥਾਨ ਜਿਹਦਾ ਆਸਣ ਕਦੀ ਨਹੀਂ ਡੋਲਦਾ ਜਿੱਦਾਂ ਸਾਡੇ ਅਸਥਾਨ ਨੇ ਇਹ ਅੱਜ ਹੈ ਨੇ ਕੱਲ ਪਤਾ ਨਹੀਂ ਹੋਣਗੇ ਕਿ ਨਹੀਂ ਹੋਣਗੇ ਮਰਦ ਕਹਿੰਦੇ ਰੱਬ ਦਾ ਹਿਸਾਬ ਇਦਾਂ ਦਾ ਨਹੀਂ ਥਾਂ ਹੋਣ ਨਾ ਹੋਣ ਰੱਬ ਰਵੇਗਾ ਹੀ ਰਹੇਗਾ ਪੁਰਖ ਸਤ ਕੇਵਲ ਪ੍ਰਦਾਨ ਤੇ ਉਹੀ ਵਾਹਿਗੁਰੂ ਸਭ ਤੋਂ ਉੱਤੇ ਹੈ ਪ੍ਰਦਾਨ ਹੈ ਤੇ ਸਾਰਿਆਂ ਦੇ ਵਿੱਚ ਵਿਆਪਕ ਹੈ ਕਰਤੂਤ ਸਤ ਸਤਜਾ ਕੀ ਬਾਣੀ ਕਰਤੂਤ ਦਾ ਮਤਲਬ ਹੁੰਦਾ ਹੈ ਕਰਮ ਕਰਮ ਦਾ ਮਤਲਬ ਹੋ ਗਿਆ ਉਹਦੀ ਕਰਨੀ ਭਾਵੇਂ ਜੋ ਰੱਬ ਕਰਦਾ ਹੈ ਉਹ ਵੀ ਸਤ ਹੈ ਤੇ ਉਹਦੀ ਬਾਣੀ ਉਹਦਾ ਹੁਕਮ ਜੋ ਉਹ ਹੁਕਮ ਕਰਦਾ ਹੈ ਉਹ ਵੀ ਸੱਚ ਹੈ ਸਤਪੁਰਖ ਸਭ ਮਾਹੇ ਸਮਾਣੀ ਤੇ ਹੈ ਪੁਰਖ ਦਾ ਮਤਲਬ ਹੁੰਦਾ ਹੈ ਵਿਆਪਕ ਵੈਸੇ ਪੁਰਖ ਦਾ ਮਤਲਬ ਪੁਰਸ਼ ਵੀ ਵਰਤ ਲਿਆ ਜਾਂਦਾ ਹੈ ਬੰਦੇ ਦੇ ਲਈ ਮੇਲ ਜੈਂਡਰ ਦੇ ਲਈ ਪਰ ਪੁਰਖ ਦਾ ਮਤਲਬ ਹੈ ਵਿਆਪਕ ਜਿਹੜਾ ਸਾਰਿਆਂ ਦੇ ਵਿੱਚ ਹੈ ਉਹ ਵਾਹਿਗੁਰੂ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਸਤ ਕਰਮ ਜਾਕੀ ਰਚਨਾ ਸਤ ਉਹ ਵਾਹਿਗੁਰੂ ਜੀ ਦੀ ਬਖਸ਼ਿਸ਼ ਵੀ ਸੱਚੀ ਹੈ ਤੇ ਫਿਰ ਉਹਦੀ ਹੋਈ ਉਹਦੀ ਬਣਾਈ ਹੋਈ ਆ ਰਚਨਾ ਇਹ ਵੀ ਸੱਚ ਹੈ ਇਹ ਭੁਲੇਖਾ ਨਹੀਂ ਹੈ ਇਹ ਸੱਚ ਹੈ ਮਹਾਰਜ ਕਹਿੰਦੇ ਨੇ ਮੂਲ ਸਤ ਸਤ ਉਤਪਤ ਉਹਦੀ ਸ਼ੁਰੂਆਤ ਜਦੋਂ ਅਸੀਂ ਪੈਦਾ ਹੁੰਦੇ ਹਾਂ ਸ਼ੁਰੂਆਤ ਵੀ ਸੱਚੀ ਹੈ ਤੇ ਫਿਰ ਜਿਹੜੀ ਉਤਪਤੀ ਹੋ ਜਾਂਦੀ ਹੈ ਪੈਦਾਇਸ਼ ਹੋ ਜਾਂਦੀ ਹੈ ਉਹ ਵੀ ਸੱਚੀ ਹੈ ਸਤ ਕਰਨੀ ਨਿਰਮਲ ਨਿਰਮਲੀ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਜੋ ਕਰਦਾ ਹੈ ਜੋ ਵੀ ਹੁਕਮ ਰਤ ਆਉਂਦਾ ਹੈ ਉਹ ਪਵਿੱਤਰ ਤੋਂ ਪਵਿੱਤਰ ਹੈ ਉਹ ਉੱਚੀ ਤੋਂ ਉੱਚੀ ਹੈ ਜਿਸ ਹੈ 부ਝਾਏ ਤਿਸੈ ਸਭ ਭਲੀ ਪਰ ਜਿੰਨੂੰ ਆਪਣੇ ਬਾਰੇ ਸਮਝ ਦਿਵਾਉਂਦਾ ਹੈ ਨਾ ਸਤਿਗੁਰੂ ਕਹਿੰਦੇ ਉਹਨੂੰ ਹੀ ਇਹ ਭਲੀ ਲੱਗਦੀ ਹੈ ਉਹਨੂੰ ਫਿਰ ਹਰ ਚੀਜ਼ ਚੰਗੀ ਲੱਗਦੀ ਹੈ ਹਰ ਚੀਜ਼ ਵਧੀਆ ਲੱਗਦੀ ਹੈ ਜਿਹਨੂੰ ਇਹ ਸਮਝ ਦੇ ਦਿੰਦਾ ਹੈ ਸ਼ਲੋਕ ਵਾਲਾ ਹੀ ਪਾਸਾ ਆ ਰਿਹਾ ਹੈ ਤਿਸੈ 부ਝਾਏ ਨਾਨਕਾ ਜਿਸ ਹੋਵੇ ਸੁਪਰਸਨ ਜਿਸ ਹੈ 부ਝਾਏ ਇਸ ਹੈ ਸਬਪਲੀ ਸਤਨਾਮ ਪ੍ਰਭ ਦਾ ਸੁਖਦਾਈ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਹਮੇਸ਼ਾ ਰਹਿਣ ਵਾਲਾ ਹੈ ਤੇ ਸੁਖ ਦੇਣ ਵਾਲਾ ਹੈ ਵਿਸ਼ਵਾਸ ਸਤ ਨਾਨਕ ਗੁਰਤੇ ਪਾਈ ਪਰ ਇਸ ਨਾਮ ਦੇ ਉੱਤੇ ਵਿਸ਼ਵਾਸ ਇਹ ਗੁਰੂ ਦੇ ਕੋਲੇ ਹੀ ਮਿਲਦਾ ਹੈ ਇੱਕ ਹੁੰਦਾ ਹੈ ਗੱਲ ਨੂੰ ਸੁਣ ਲੈਣਾ ਤੇ ਇੱਕ ਹੁੰਦਾ ਹੈ ਗੱਲ ਦੇ ਉੱਤੇ ਵਿਸ਼ਵਾਸ ਕਰ ਲੈਣਾ ਸੁਣ ਤੇ ਅਸੀਂ ਲਿਆ ਸਮੇਤ ਮੇਰੇ ਵੀ ਰੱਬ ਦਾ ਜਿਹੜਾ ਨਾਮ ਹੈ ਉਹ ਬੜਾ ਸੁਖ ਦੇਣ ਵਾਲਾ ਹੈ ਪਰ ਯਕੀਨ ਕਿੰਨਾ ਕੁ ਬਣਦਾ ਹੈ ਇਸ ਗੱਲ ਦੇ ਉੱਤੇ ਯਕੀਨ ਬਹੁਤਾ ਨਹੀਂ ਬਣਦਾ ਮਰਦ ਕਹਿੰਦੇ ਇਹ ਯਕੀਨ ਗੁਰੂ ਦੇ ਕੋਲੋਂ ਹੀ ਆ ਕੇ ਬਣੇਗਾ ਜਦੋਂ ਉਹਦੀ ਬਾਣੀ ਨੂੰ ਸਮਝਾਂਗੇ ਨਹੀਂ ਤੇ ਯਕੀਨ ਵੀ ਨਹੀਂ ਬਣਦਾ ਮੇਰੇ ਵਰਗੇ ਧਾਰਮਿਕ ਤੌਰ ਤੇ ਨਾਰੇ ਬੜੇ ਬੜੇ ਵੱਡੇ ਲਾ ਦਿੰਦੇ ਨੇ ਰੱਬ ਤੇ ਯਕੀਨ ਨਹੀਂ ਹੈ ਬਹੁਤਿਆਂ ਨੂੰ ਇੱਕ ਕਹਿ ਦੇਣਾ ਬੜਾ ਸੌਖਾ ਹੈ ਰੱਬ ਉੱਤੇ ਯਕੀਨ ਕਰ ਦੇਣਾ ਕਿਤੇ ਸੌਖੀ ਖੇਡ ਥੋੜਾ ਹੈ ਸਾਰਾ ਕੁਝ ਛੱਡিয়ে ਤੇ ਫਿਰ ਕਿਤੇ ਯਕੀਨ ਬਣਦਾ ਹੈ ਇਸ ਕਰਕੇ ਸਾਨੂੰ ਬੜੀਆਂ ਚੀਜ਼ਾਂ ਦਾ ਯਕੀਨ ਹੈ ਮਰਦ ਕਹਿੰਦੇ ਨੇ ਰੱਬ ਦਾ ਨਾਮ ਸੁਖ ਦੇਣ ਵਾਲਾ ਹੈ ਪਰ ਇਹਦਾ ਵਿਸ਼ਵਾਸ ਵੀ ਗੁਰੂ ਦੇ ਕੋਲੇ ਹੀ ਆਉਂਦਾ ਹੈ ਕਿ ਵਾਕਿਆ ਹੀ ਰੱਬ ਦਾ ਨਾਮ ਸੁਖ ਦੇਣ ਵਾਲਾ ਹੈ ਨਹੀਂ ਤੇ ਬੰਦੇ ਹੋਰ ਹੀ ਬੜੀਆਂ ਗੱਲਾਂ ਦੇ ਯਕੀਨ ਲਈ ਫਿਰਦੇ ਨੇ ਫਿਰ ਬਚਨ ਵੇਖੋ ਮਹਾਰਜ ਕਹਿੰਦੇ ਨੇ ਸਤਿ ਬਚਨ ਸਾਧੂ ਉਪਦੇਸ਼ ਇੱਕ ਵੈਸੇ ਨਾ ਸਾਡੀ ਲੈਂਗੁਏਜ ਦੇ ਵਿੱਚ ਸਾਡੀ ਬੋਲੀ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਹੁੰਦੀ ਸੀ ਕੋਈ ਕੁਝ ਬੋਲੇ ਤੇ ਉਹਨੂੰ ਜਵਾਬ ਦੇਣ ਦੀ ਬਜਾਏ ਆਪਾਂ ਕਹਿੰਦੇ ਤਾਂ ਵੀ ਸਤਿ ਬਚਨ ਉਹਦਾ ਮਤਲਬ ਕੀ ਹੁੰਦਾ ਸੀ ਵੀ ਠੀਕ ਆ ਜੋ ਤੂੰ ਬੋਲ ਤਾ ਠੀਕ ਹੈ ਸਤ ਬਚਨ ਦਾ ਮਤਲਬ ਹੀ ਹੁੰਦਾ ਵੀ ਤੇਰੀ ਠੀਕ ਹੈ ਗੱਲ ਸਮਝ ਲਈਏ ਭਾਵੇਂ ਮਜ਼ਾਕ ਦੇ ਵਿੱਚ ਅਸੀਂ ਕਿਸੇ ਨੂੰ ਕਹਿ ਦਿੰਦੇ ਹਾਂ ਹੁਣ ਜੋ ਵੀ ਸਾਧੂ ਉਪਦੇਸ਼ ਕਰਦਾ ਹੈ ਗੁਰੂ ਜੋ ਵੀ ਬੋਲਦਾ ਹੈ ਉਹ ਸਤ ਬਚਨ ਹੈ ਉਹ ਹਮੇਸ਼ਾ ਰਹਿਣ ਵਾਲਾ ਬਚਨ ਹੈ ਇੱਕ ਸਾਧ ਬਚਨ اٹਲਾਦਾ ਇਹ ਟਲਦਾ ਨਹੀਂ ਹੈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਂ ਕੇ ਹਿਰਦੇ ਪਰਵੇਸ਼ ਮਰਦ ਕਹਿੰਦੇ ਉਹ ਜਨ ਵੀ ਸੱਚੇ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸਾਧੂ ਦਾ ਉਪਦੇਸ਼ ਵਸ ਜਾਂਦਾ ਹੈ ਗੁਰੂ ਨਾਨਕ ਤੇ ਸੱਚੇ ਹੈ ਹੀ ਨੇ ਉਹ ਬੰਦੇ ਵੀ ਸੱਚੇ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗੁਰੂ ਨਾਨਕ ਦੀ ਗੱਲ ਵੜ ਗਈ ਹੈ ਮਹਾਰਜ ਕਹਿੰਦੇ ਉਹ ਵੀ ਕਾਇਮ ਰਹਿਣ ਵਾਲੇ ਨੇ ਤੁਸੀਂ ਵੇਖੋ ਜਿੱਥੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਾਂਗੇ ਭਾਈ ਲਾਲੋ ਨੂੰ ਯਾਦ ਨਹੀਂ ਕਰਾਂਗੇ ਉਹ ਬੰਦੇ ਵੀ ਸੱਚੇ ਹੋਗੇ ਇਸ ਕਰਕੇ ਸਤ ਨਿਰਤ ਬੂਝੈ ਜੇ ਕੋਏ ਨਿਰਤ ਦਾ ਮਤਲਬ ਹੁੰਦਾ ਹੈ ਪਿਆਰ ਜੇ ਕੋਈ ਰੱਬ ਨੂੰ ਸਮਝ ਲਵੇ ਤੇ ਉਹਦੇ ਨਾਲ ਪਿਆਰ ਪਾ ਲਵੇ ਨਾਮ ਜਪਤ ਤਾਕੀ ਗਤ ਹੋਏ ਮਹਾਰਜ ਕਹਿੰਦੇ ਨਾਮ ਨੂੰ ਜਪ ਕੇ ਤੇ ਉਹਦੀ ਗਤੀ ਹੋ ਸਕਦੀ ਹੈ ਇੱਕ ਸ਼ਬਦ ਹੈ ਨਾ ਗਤੀ ਕਰਾਉਣੀ ਵਿਚਾਰੇ ਭੋਲੇ ਪਾਲੇ ਲੋਕ ਉਹਨਾਂ ਨੂੰ ਗਤੀਆਂ ਏਦਾਂ ਕਰਾਈਆਂ ਜਾਂਦੀਆਂ ਕਿ ਫਲਾਣੀ ਨਦੀ ਦੇ ਵਿੱਚ ਫਲਾਣੇ ਦੀਆਂ ਹੱਡੀਆਂ ਪਾ ਕੇ ਉਹ ਤਾਂ ਫਿਰ ਗਤੀ ਹੋਣੀ ਹੈ ਏਦਾਂ ਕੋਈ ਗਤੀਆਂ ਨਹੀਂ ਹੁੰਦੀਆਂ ਜਿੱਥੇ ਮਰਜ਼ੀ ਬੰਦਾ ਚਲਾ ਜਾਵੇ ਤੇ ਜਿੱਥੇ ਮਰਜ਼ੀ ਲੈ ਜਾਵੇ ਇਹ بڑے ਵਹਿਮ ਪਾਏ ਗਏ ਸੀ ਨਾ ਕਿ ਇੱਥੇ ਜਾਵੇਗਾ ਬੰਦਾ ਤੇ ਫਿਰ ਗਤੀ ਹੁੰਦੀ ਹੈ ਮਹਾਰਜ ਕਹਿੰਦੇ ਨਹੀਂ ਗਤੀ ਦਾ ਤਰੀਕਾ ਸਿਰਫ ਇਹੋ ਹੀ ਆ ਜਿਹੜਾ ਬੰਦਾ ਜਿਉਂਦੇ ਜੀ ਆਪਣੀ ਗਤੀ ਨਹੀਂ ਕਰਾ ਸਕਿਆ ਮਰ ਕੇ ਕੋਈ ਵੀ ਨਹੀਂ ਕਰਾ ਸਕਦਾ ਉਹਦੀ ਭਾਵੇਂ ਸਾਰਾ ਪਰਿਵਾਰ ਤੇ ਸਾਰੀ ਦੁਨੀਆ ਬੈਠੀ ਰਵੇ ਹਜ਼ੂਰ ਕਹਿੰਦੇ ਨਹੀਂ ਅਰਦਾਸ ਕਰ ਸਕਦੇ ਹਾਂ ਸਿਰਫ ਸਾਡੇ ਕੋਲ ਅਰਦਾਸ ਤੋਂ ਬਿਨਾ ਹੈ ਕੀ ਹੈ ਪਰ ਇਹ ਕਹੀਏ ਕਿ ਫਲਾਣੇ ਪਾਣੀ ਦੇ ਵਿੱਚ ਪਾਉਣ ਦੇ ਨਾਲ ਗਤੀ ਹੋਣੀ ਹੈ ਉਹ ਨਹੀਂ ਹੋਣੀ ਇਹ ਵਹਿਮ ਹੈ ਹਜ਼ੂਰ ਕਹਿੰਦੇ ਨਾਮ ਜਪਤ ਤਾਂ ਕੀ ਗਤ ਹੋਏ ਨਾਮ ਨੂੰ ਜਪ ਕੇ ਤੇ ਬੰਦੇ ਦੀ ਅਵਸਥਾ ਉੱਚੀ ਹੋ ਜਾਂਦੀ ਹੈ ਫਿਰ ਸਤਿਗੁਰੂ ਕਹਿੰਦੇ ਨੇ ਆਪ ਸਤ ਕੀ ਆ ਸਭ ਸਤ ਮਾਲਕ ਆਪ ਤੇ ਸਤ ਹੈ ਉਹਨੇ ਜੋ ਬਣਾਇਆ ਹੈ ਉਹ ਵੀ ਸਤ ਹੈ ਆਪੇ ਜਾਣੈ ਆਪਣੀ ਮਿਤ ਗਤ ਗਤ ਤੇ ਮਿਤ ਤੁਮਰੀ ਗਤ ਮਿਤ ਤੁਮ ਹੀ ਜਾਣੀ ਗਤ ਦਾ ਮਤਲਬ ਹੁੰਦਾ ਹੈ ਅਵਸਥਾ ਇੱਥੇ ਗਤ ਭਾਵ ਹੈ ਅਵਸਥਾ ਮਿਤ ਦਾ ਭਾਵ ਹੈ ਮਿੰਤੀ ਆਪੇ ਜਾਣੈ ਆਪਣੀ ਮਿਤ ਗਤ ਦਾ ਮਤਲਬ ਹੈ ਆਪਣੇ ਬਾਰੇ ਆਪ ਹੀ ਜਾਣਦਾ ਹੈ ਜਿਸ ਕੀ ਸ੍ਰਿਸ਼ਟ ਸੁਕਰਣਹਾਰ ਜਿਸ ਵਾਹਿਗੁਰੂ ਦੀ ਇਹ ਸ੍ਰਿਸ਼ਟੀ ਹੈ ਉਹ ਇਸ ਸ੍ਰਿਸ਼ਟੀ ਦਾ ਬਣਾਉਣ ਵਾਲਾ ਹੈ ਭਵ ਕੇ ਜਾਣਨ ਵਾਲਾ ਹੈ ਸਮਝਦਾ ਹੈ ਸਾਰਾ ਕੁਝ ਅਵਰ ਨ ਬੂਝ ਕਰਤ ਵਿਚਾਰ ਹੋਰ ਕਿਸੇ ਨੂੰ ਨਾ ਸਮਝ ਪੀ ਐਡੀ ਤਾਕਤ ਵਾਲਾ ਹੈ ਇਸ ਉਹ ਜਿਹੜਾ ਇਹ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਉਹੀ ਸਾਰਾ ਕੁਝ ਜਾਣਦਾ ਹੈ ਕਰਤੇ ਕੀ ਮਿਤ ਨਾ ਜਾਣੇ ਕੀਆ ਰੱਬ ਦੀ ਮਿਤ ਨੂੰ ਰੱਬ ਕਰਤਾ ਹੈ ਉਹਦੀ ਕੀਤੀ ਹੋਈ ਸ੍ਰਿਸ਼ਟੀ ਨੂੰ ਪੈਦਾ ਕੀਤੀ ਹੋਈ ਸ੍ਰਿਸ਼ਟੀ ਨੂੰ ਨਾ ਜਾਣੇ ਕੀਆ ਸਾਡੇ ਵਰਗਾ ਕੀਤਾ ਹੋਇਆ ਕੀ ਜਾਣ ਸਕਦਾ ਹੈ ਪੇਂਟਿੰਗ ਪੇਂਟਰ ਦੇ ਬਾਰੇ ਕੀ ਜਾਣ ਸਕਦੀ ਹੈ ਪੇਂਟਰ ਤੇ ਦੱਸ ਸਕਦਾ ਨਾ ਵੀ ਆ ਪੇਂਟਿੰਗ ਹੈ ਪੇਂਟਿੰਗ ਨੂੰ ਪੁੱਛੋ ਵੀ ਤੂੰ ਪੇਂਟਰ ਦੇ ਬਾਰੇ ਦੱਸ ਕੀ ਦੱਸ ਸਕਦੀ ਹੈ ਹਜ਼ੂਰ ਕਹਿੰਦੇ ਕਰਤੇ ਕੀ ਮਿਤ ਨਾ ਜਾਣੈ ਕੀ ਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਜੋ ਰੱਬ ਨੂੰ ਪਾਉਂਦਾ ਹੈ ਚੰਗਾ ਲੱਗਦਾ ਹੈ ਉਹ ਵਰਤ ਜਾਂਦਾ ਹੈ ਉਹ ਹੋ ਜਾਂਦਾ ਹੈ ਆਖਰੀ ਪਦਾ ਹੈ ਇਸ ਅਸ਼ਟਪਦੀ ਦਾ ਬਿਸਮਨ ਬਿਸਮ ਭਏ ਬਿਸਮਾਦ ਇੱਕ ਸ਼ਬਦ ਹੈ ਹੈਰਾਨ ਹੋ ਜਾਣਾ ਬڑے ਮੌਕੇ ਹੁੰਦੇ ਨੇ ਕਿਸੇ ਚੀਜ਼ ਨੂੰ ਵੇਖ ਕੇ ਤੇ ਅਸੀਂ ਬੋਲ ਪੈਂਦੇ ਹਾਂ ਪਰ ਇੱਕ ਮੂਮੈਂਟ ਵਾਲੀ ਗੱਲ ਹੁੰਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਆਈ ਹੋਵੇਗੀ ਕਦੀ ਬੜੇ ਕਮਾਲ ਦੀ ਚੀਜ਼ ਵੇਖੀ ਤੇ ਬਸ ਸਾਡੇ ਮੂੰਹ ਦੇ ਵਿੱਚੋਂ ਇੱਕ ਲਫ਼ਜ਼ ਨਿਕਲਿਆ ਤੇ ਅਸੀਂ ਚੁੱਪ ਹੋ ਗਏ ਉਹ ਬਹੁਤ ਛੋਟੀ ਗੱਲ ਹੁੰਦੀ ਹੈ ਇੱਕ ਸੈਕਿੰਡ ਦੀ 2 ਸੈਕਿੰਡ ਦਾ ਮੂਮੈਂਟ ਹੁੰਦਾ ਹੈ ਬਸ ਵੀ ਕਿਸੇ ਨੂੰ ਵੇਖ ਲਿਆ ਤੇ ਮੂੰਹ ਦੇ ਵਿੱਚੋਂ ਵਾਹ ਨਿਕਲ ਗਿਆ ਦਾਤਾਰ ਕਹਿੰਦੇ ਨੇ ਰੱਬ ਦੇ ਜਿਹੜੇ ਪਿਆਰੇ ਨੇ ਨਾ ਉਹ ਰੱਬ ਦੀ ਖੇਡ ਨੂੰ ਵੇਖ ਕੇ ਹਰ ਵੇਲੇ ਵਿਸਮਾਦ ਦੇ ਵਿੱਚ ਰਹਿੰਦੇ ਨੇ ਆਨੰਦ ਦੇ ਵਿੱਚ ਰਹਿੰਦੇ ਨੇ ਅश्चਰਜ ਰਹਿੰਦੇ ਨੇ ਬਿਸਮਨ ਬਿਸਮ ਭਏ ਵਿਸਮਾਦ ਬਿਸਮਾਦ ਦਾ ਮਤਲਬ ਹੈ ਹੈਰਾਨ ਕਰਨ ਵਾਲੇ ਭਾਵ ਕਿ ਅश्चਰਜ ਸਵਾਦ ਦੇ ਵਿੱਚ ਜਿਨ ਬੁੱਝਿਆ ਤਿਸ ਆਇਆ ਸਵਾਦ ਜਿਨ੍ਹਾਂ ਨੇ ਰੱਬ ਨੂੰ ਸਮਝਿਆ ਹੈ ਉਹਨਾਂ ਨੂੰ ਹੀ ਇਹ ਟੇਸਟ ਆਇਆ ਹੈ ਕਿਸੇ ਚੀਜ਼ ਨੂੰ ਵੇਖ ਕੇ ਇੱਕ ਜਣਾ ਹੈਰਾਨ ਹੋਈ ਜਾਂਦਾ ਹੈ ਤੂੰ ਦੂਜਾ ਕਹਿੰਦਾ ਪਈ ਇਹਨੂੰ ਪਤਾ ਨਹੀਂ ਕੀ ਹੋਈ ਜਾਂਦਾ ਹੈ ਕਿਉਂਕਿ ਉਹਨੂੰ ਸਮਝ ਹੀ ਨਹੀਂ ਹੈ ਇੱਕ ਚੀਜ਼ ਇਕ ਲਈ ਬੜੀ ਵਧੀਆ ਦੂਜੇ ਲਈ ਬਹੁਤ ਨੇਕਮੀ ਆਪਾਂ ਉਦਾਹਰਣ ਲੈਂਦੇ ਹੁੰਦੇ ਨਾ ਕਿ ਇੱਕ ਜਾਣਾ ਦੁਕਾਨ ਤੇ ਜਾਂਦਾ ਉਹ ਜਿਹੜੇ ਕੱਪੜੇ ਨੂੰ ਛੱਡ ਗਿਆ ਜਾਂਦਾ ਵੀ ਇਹ ਮੈਂ ਨਹੀਂ ਲੈਣਾ ਉਹਨੂੰ ਵੇਖ ਦੂਜਾ ਖਰੀਦ ਲੈਂਦਾ ਜਾ ਕੇ ਕੀ ਹੈ ਇੱਕ ਨੂੰ ਚੰਗਾ ਨਹੀਂ ਲੱਗਦਾ ਇੱਕ ਨੂੰ ਚੰਗਾ ਲੱਗ ਗਿਆ ਜਿਨ ਬੁੱਝਿਆ ਜਿਨੇ ਸਮਝਿਆ ਹੈ ਮਹਾਰਜ ਕਹਿੰਦੇ ਸਵਾਦ ਹੀ ਉਹਨੂੰ ਹੈ ਦੂਸਰੇ ਲਈ ਉਹ ਕੁਝ ਵੀ ਨਹੀਂ ਹੈ ਫਿਰ ਪ੍ਰਭ ਕੈ ਰੰਗ ਰਾਤ ਜਨ ਰਹੇ ਰੱਬ ਦੇ ਜਿਹੜੇ ਸੇਵਕ ਨੇ ਨਾ ਉਹ ਉਹਦੇ ਪਿਆਰ ਦੇ ਵਿੱਚ ਰਚੇ ਰਹਿੰਦੇ ਨੇ ਉਹਦੇ ਪਿਆਰ ਦੇ ਵਿੱਚ ਲੱਗੇ ਰਹਿੰਦੇ ਨੇ ਗੁਰ ਕੈ ਬਚਨ ਪਦਾਰਥ ਲਹੇ ਗੁਰੂ ਦੇ ਬਚਨ ਨੂੰ ਸੁਣ ਸੁਣ ਕੇ ਆ ਸੁਖਮਨੀ ਸਾਹਿਬ ਕੀ ਹੈ ਗੁਰੂ ਦੇ ਬਚਨ ਹੀ ਤੇ ਹੈ ਇਹ ਦੇ ਨਾ ਗੁਰੂ ਦੇ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਦੇ ਬਚਨ ਹੀ ਨੇ ਪਦਾਰਥ ਲਹੇ ਗੁਰੂ ਦੇ ਬੋਲਾਂ ਦੇ ਨਾਲ ਜੁੜ ਕੇ ਉਹਦੇ ਬਚਨ ਦੇ ਨਾਲ ਜੁੜ ਕੇ ਉਹਨੂੰ ਸਮਝ ਕੇ ਨਾਮ ਪਦਾਰਥ ਪ੍ਰਾਪਤ ਕਰ ਲੈਂਦੇ ਨੇ ਉਹ ਇਹ ਦਾਤੇ ਦੁੱਖ ਕਾਟਣ ਹਾਰ ਉਹ ਇਦਾਂ ਦੇ ਬਣ ਜਾਂਦੇ ਨੇ ਤੇ ਦਾਤੇ ਬਣ ਜਾਂਦੇ ਨੇ ਦਾਤੇ ਬਣਦਾ ਮਤਲਬ ਇਹ ਨਹੀਂ ਕਿ ਰੱਬ ਦੀ ਬਰਾਬਰੀ ਕਰ ਗਏ ਦਾਤੇ ਦਾ ਮਤਲਬ ਹੈ ਦੁਨੀਆਂ ਦੇ ਦੁੱਖ ਕੱਟ ਦਿੰਦੇ ਨੇ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਨ ਮਿਲਾਏ ਵਾਲੀ ਗੱਲ ਹੈ ਉਹ ਜੀਵਨ ਦਾਨ ਬਖਸ਼ਦੇ ਨੇ ਵੀ ਕੋਈ ਉਦਾਸ ਹੋ ਕੇ ਉਹਨਾਂ ਦੇ ਲਾਗੇ ਬੈਠਾ ਹੈ ਨਾ ਉਹਨਾਂ ਨੇ ਜ਼ਿੰਦਗੀ ਬਖਸ਼ ਦਿੱਤੀ ਵੀ ਐਦਾਂ ਇਸ ਜ਼ਿੰਦਗੀ ਨੂੰ ਜੀ ਇਹ ਬੜਾ ਸੋਹਣਾ ਵਿਸ਼ਾ ਹੈ ਪਾਈ ਵੀਰ ਸਿੰਘ ਨੇ ਨੂੰ ਬੋਲਿਆ ਹੈ ਮਰਜ ਕਹਿੰਦੇ ਦੁੱਖ ਕਾਟਨ ਹਾਰ ਦੁੱਖ ਨੂੰ ਕੱਟ ਦੇਣ ਵਾਲੇ ਨੇ ਦੁੱਖ ਭੁਲਾ ਕੇ ਰੱਖ ਦਿੰਦੇ ਨੇ ਏਡੇ ਕਮਾਲ ਦੇ ਬੰਦੇ ਨੇ ਜਨ ਜਾ ਕੇ ਸੰਗ ਤਰੈ ਸੰਸਾਰ ਹਜ਼ੂਰ ਕਹਿੰਦੇ ਨੇ ਇਹ ਉਹ ਨੇ ਜਿਨ੍ਹਾਂ ਦੇ ਨਾਲ ਸੰਸਾਰ ਜੁੜਦਾ ਹੈ ਤੇ ਸੰਸਾਰ ਤਰ ਜਾਂਦਾ ਹੈ ਜਿਹਨੂੰ ਅਸੀਂ ਇਸੇ ਬਾਣੀ ਚ ਪੜ ਕੇ ਆਏ ਹਾਂ ਉਸ ਪੰਡਿਤ ਕਾ ਉਪਦੇਸ਼ ਜਗ ਜੀਵ ਹੈ ਸੰਸਾਰ ਵੀ ਤਰ ਜਾਂਦਾ ਹੈ ਸਿੱਖਿਆ ਲੈ ਕੇ ਜਨ ਕਾ ਸੇਵਕ ਸੋ ਵਡਪਾਗੀ ਮਰਜ ਕਹਿੰਦੇ ਜਿਹੜਾ ਰੱਬ ਦੇ ਪਿਆਰਿਆਂ ਦਾ ਸੇਵਕ ਹੈ ਨਾ ਉਹ ਵੀ ਬੜੇ ਵੱਡਿਆਂ ਭਾਗਾਂ ਵਾਲਾ ਹੈ ਇੱਕ ਤੇ ਉਹਨੇ ਨਾ ਜਿਹੜੇ ਰੱਬ ਦੇ ਸੇਵਕ ਬਣ ਗਏ ਇੱਕ ਰੱਬ ਦੇ ਸੇਵਕਾਂ ਦੇ ਜਿਹੜੇ ਸੇਵਕ ਬਣ ਜਾਂਦੇ ਨੇ ਮਹਾਰਜ ਕਹਿੰਦੇ ਉਹ ਵੀ ਬੜੇ ਵੱਡਿਆਂ ਭਾਗਾਂ ਵਾਲੇ ਨੇ ਜਨਕਾ ਸੇਵਕ ਸੋ ਵਡ ਭਾਗੀ ਜਨਕੈ ਸੰਗ ਏਕ ਲਿਵ ਲਾਗੀ ਰੱਬ ਦੇ ਪਿਆਰਿਆਂ ਦੇ ਨਾਲ ਜੁੜ ਕੇ ਤੇ ਸਾਡਾ ਧਿਆਨ ਲਿਵ ਇੱਕ ਮਾਲਕ ਦੇ ਨਾਲ ਜੁੜ ਜਾਂਦੀ ਹੈ ਸਾਡੀ ਲਿਵ ਗੁਣ ਗੋਬਿੰਦ ਕੀਰਤਨ ਜਨ ਗਾਵੇ ਤੇ ਜਨ ਕਰਦਾ ਕੀ ਹੈ ਰੱਬ ਦਾ ਮਹਾਰਜ ਕਹਿੰਦੇ ਗੋਬਿੰਦ ਦੇ ਕੀਰਤਨ ਨੂੰ ਗਾਉਂਦਾ ਹੈ ਉਹਦੇ ਗੁਣਾਂ ਨੂੰ ਗਾਉਂਦਾ ਹੈ ਕੀਰਤਨ ਦਾ ਮਤਲਬ ਕੇਵਲ ਇਹ ਹਾਰਮੋਨੀਅਮ ਤੇ ਤਬਲਾ ਹੀ ਨਹੀਂ ਹੈ ਇਹ ਤੇ ਸਾਨੂੰ ਮਹਾਰਜ ਨੇ ਬਖਸ਼ਿਆ ਹੈ ਸਾਨੂੰ ਆਉਣਾ ਚਾਹੀਦਾ ਹੈ ਕੀਰਤਨ ਦਾ ਮਤਲਬ ਕਿਸੇ ਵੇਲੇ ਸਾਡਾ ਤੁਰਨਾ ਵੀ ਕੀਰਤਨ ਹੋ ਜਾਂਦਾ ਹੈ ਸਾਡਾ ਦੇਖਣਾ ਵੀ ਕੀਰਤਨ ਹੋ ਜਾਂਦਾ ਹੈ ਕੀਰਤਨ ਦਾ ਮਤਲਬ ਕੀ ਹੈ ਕੀਰਤੀ ਹਾਰਮੋਨੀਅਮ ਤੋਂ ਬਿਨਾਂ ਕੋਈ ਕਰ ਲਵੇ ਤੇ ਕਿਹੜੀ ਕਮਾਲ ਦੀ ਗੱਲ ਹੈ ਇਸ ਕਰਕੇ ਮਹਾਰਜ ਕਹਿੰਦੇ ਗੁਣ ਗੋਬਿੰਦ ਕੀਰਤਨ ਜਨ ਗਾਵੈ ਵਾਹਿਗੁਰੂ ਦਾ ਜਨ ਹਰ ਵੇਲੇ ਉਹਦੀ ਕੀਰਤੀ ਗਾਉਂਦਾ ਹੈ ਗੁਰਪ੍ਰਸਾਦ ਨਾਨਕ ਫਲ ਪਾਵੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਉਹ ਨਾਮ ਦਾ ਜਿਹੜਾ ਫਲ ਹੈ ਉਹਨੂੰ ਪ੍ਰਾਪਤ ਕਰ ਲੈਂਦਾ ਹੈ ਕੀਰਤਨ ਦਾ ਭਾਵ ਮੈਂ ਗੱਲ ਕੀਤੀ ਹੈ ਇਹਦਾ ਭਾਵ ਸਿਰਫ ਇੰਨਾਕ ਹੈ ਕੀਰਤਨ ਦੀ ਸਾਨੂੰ ਆਦਤ ਹੋਵੇ ਕੀਰਤਨ ਸ਼ਰਮਣੀ ਹੈ ਸਾਡੇ ਵਿੱਚ ਕਿਉਂਕਿ ਗੁਰੂ ਨਾਨਕ ਨੇ ਸਾਨੂੰ ਬਖਸ਼ਿਆ ਹੈ ਪਰ ਕੀਰਤਨ ਕੇਵਲ ਤੇ ਕੇਵਲ ਸਾਧ ਨਹੀਂ ਹੈ ਸਾਜਾ ਤੋਂ ਬਿਨਾ ਵੀ ਇੱਕ ਅਨਹਦ ਹੈ ਜੋ ਸਾਡੇ ਅੰਦਰ ਮਾਲਕ ਸਕੂਨ ਦੇਵੇ ਤੇ ਇਹ ਚੀਜ਼ਾਂ ਪ੍ਰਗਟ ਹੁੰਦੀਆਂ ਨੇ ਸਤਿਗੁਰੂ ਨੇ ਇਹ ਪਵਨ ਅਸ਼ਟਪਦੀ ਸਾਡੇ ਅੱਗੇ ਜੋ ਬਖਸ਼ਿਸ਼ ਕੀਤੀ ਹੈ ਤੇ ਅਸੀਂ ਇਹਦੇ ਅਰਥਾਂ ਨੂੰ ਸਮਝਿਆ ਹੈ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਵਿਚਾਰ ਕਰਦੇ ਹਾਂ ਮੇਰੇ ਪਾਸੋਂ ਬੋਲਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਨਾਲ ਸਾਂਝ ਪਾਉ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ